ਦੇਸ਼ ਦੇਸ਼ ਵਿੱਚ ਬੈਠੀਆਂ ਲੋਕਾਂ ਅੰਮ੍ਰਿਤਧਾਰਾ ਦੇ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ 'ਚ ਸਵਾਗਤ ਹੈ ਜੀ। ਸੰਗਤ ਜੀ, ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਇੱਕ ਬੜੀ ਹੀ ਅਹਿਮ ਸ਼ਖਸੀਅਤ ਮੌਜੂਦ ਨੇ, ਸਰਦਾਰ ਗੁਰਿੰਦਰਪਾਲ ਸਿੰਘ ਜੀ ਜੋਸਨ, ਜੋ ਕਿ ਰਿਸਰਚ ਸਕਾਲਰ ਨੇ। ਇੱਕ ਬੜੀ ਹੀ ਵਿਲੱਖਣ ਜੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਈਏ ਵਰਸਟਾਈਲ ਪਰਸਨੈਲਿਟੀ, ਇੰਨੇ ਪੱਖਾਂ ਤੋਂ ਉਹਨਾਂ ਨੇ ਕੰਮ ਕੀਤਾ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਬਾਰੇ ਜਾਣ ਕੇ ਤੁਹਾਨੂੰ ਵੀ ਕਾਫੀ ਖੁਸ਼ੀ ਹੋਏਗੀ। ਸੋ ਇਸ ਖੁਸ਼ੀ ਦੇ ਨਾਲ ਜੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜੀ, ਜੋਸ਼ਨ ਸਾਹਿਬ ਆਪ ਜੀ ਨੂੰ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋਸ਼ਨ ਸਾਹਿਬ, ਕਿਉਂਕਿ ਮੈਂ ਤਾਂ ਕਾਫੀ ਕੁਛ ਤੁਹਾਡੇ ਤੋਂ ਥੋੜ੍ਹੀ ਦੇਰ ਪਹਿਲਾਂ ਜਾਣਿਆ ਤੁਹਾਡੇ ਬਾਰੇ, ਮੈਂ ਚਾਹਾਂਗਾ ਕਿ ਤੁਸੀਂ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਮੁੱਢਲੇ ਰੂਪ ਦੇ ਵਿੱਚ ਆਪ ਹੀ ਸਾਂਝੀ ਕਰ ਦਿਓ, ਤਾਂ ਕਿ ਜ਼ਿਆਦਾ ਫਸਟ ਪਰਸਨ ਦੇ ਕੋਲੋਂ ਜਿਹੜੀ ਜਾਣਕਾਰੀ ਆਪਣੀ ਪੂਰੀ ਸ਼ੁੱਧ ਹੋਵੇ। ਥੋੜ੍ਹਾ ਜਿਹਾ ਆਪਣੇ ਬਾਰੇ ਤੁਸੀਂ ਕਿਸ ਢੰਗ ਦੇ ਨਾਲ ਇਸ ਰਿਸਰਚ ਸਕਾਲਰ ਦੇ ਇਸ ਮੁਕਾਮ 'ਤੇ ਪਹੁੰਚੇ ਹੋ, ਇੱਥੋਂ ਸ਼ੁਰੂ ਹੋ ਚੁੱਕਿਆ। ਪਹਿਲੇ ਤਾਂ ਆਪਣੇ ਚੈਨਲ ਨੂੰ ਬਹੁਤ ਬਹੁਤ ਦਰਸ਼ਕਾਂ ਨੂੰ ਮੁਬਾਰਕਬਾਦ ਕੀਆ, ਜੋ ਅਸੀਂ ਖਾਲਸਾ ਅੰਮ੍ਰਿਤਸਰ ਦੀ ਧਰਤੀ ਖਾਲਸਾ ਕਾਲਜ ਵਿੱਚ ਬੈਠੇ ਹਾਂ। ਇਹ ਸਫ਼ਰ ਵੀ ਇੱਥੋਂ ਖਾਲਸਾ ਕਾਲਜ ਤੋਂ ਹੀ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲੇ ਸਕੂਲ ਲਾਈਫ ਤੁਹਾਨੂੰ ਥੋੜ੍ਹਾ ਜਿਹਾ ਸ਼ੌਂਕ ਪੈ ਗਿਆ ਸੀ। ਮੈਂ ਅੰਮ੍ਰਿਤਸਰ ਦਾ ਹੀ ਕੰਪਨ ਹੈ, ਤਾਂ ਅੰਮ੍ਰਿਤਸਰ ਦੇ ਗੁਰਦੁਆਰੇ ਸਾਡਾ ਘਰ ਹੈ। ਸਾਰਾਗੜੀ ਦੇ ਗੁਰਦੁਆਰੇ ਨਾਲ ਕਾਫੀ ਲਿੰਕ ਬਣਿਆ। ਉਸ ਤੋਂ ਬਾਅਦ ਹੁਸ਼ਿਆਰਪੁਰ ਗੁਰਦੁਆਰਾ ਭਾਈ ਗੁਰਦਾ ਸਿੰਘ ਜੀ ਦੇ ਨਾਲ ਸੰਪਰਕ ਬਣਿਆ। ਸਪੋਰਟਸ ਦਾ ਥੋੜ੍ਹਾ ਸ਼ੌਂਕ ਸੀ, ਮਾਰਸ਼ਲ ਆਰਟ, ਜਿਹੜਾ ਆਧੁਨਿਕ ਮਾਰਸ਼ਲ ਆਰਟ ਕਰਾਟੇ ਆ, ਉਹਦੇ ਵਿੱਚ ਮੈਂ ਟ੍ਰੇਨਿੰਗ ਲਈ ਅਤੇ ਕੋਚ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਹੋਈ। ਪਿਛਲੇ ਤਕਰੀਬਨ 20 ਸਾਲ ਤੋਂ ਅਮੈਰੀਕਾ ਦੇ ਨਿਊਯਾਰਕ ਵਿੱਚ ਰਹਿ ਰਹੇ ਹਾਂ, ਅਤੇ ਉੱਥੇ ਵੀ ਸਪੋਰਟਸ ਨੂੰ ਅਸੀਂ ਜਾਰੀ ਲੈ ਗਿਆ, ਨਾਲ ਕੈਂਪ ਔਰਗਨਾਈਜ਼ ਕਰੀਏ ਆਲ ਓਵਰ ਅਮੈਰੀਕਾ। ਉਸ ਤੋਂ ਬਾਅਦ ਨਿਊਯਾਰਕ ਸਿਟੀ ਮੈਰਾਥਨ ਰੇਸ ਹੁੰਦੀ ਹੈ, NYPD 'ਚ ਤਕਰੀਬਨ 100 ਦੇਸ਼ਾਂ ਦੇ 40 ਤੋਂ 50 ਹਜ਼ਾਰ ਹਰ ਸਾਲ ਦੇਖਾ। ਅਤੇ ਸਿੱਖ ਆਈਡੈਂਟੀ ਵਾਸਤੇ ਅਸੀਂ ਸੋਚਿਆ ਵੀ ਸਿੱਖਾਂ ਨੂੰ ਦਸਤਾਰ ਧਾਰ ਦੀ ਹੋ ਰਹੀ ਇਸ ਲੋੜ ਵਿੱਚ 97 ਤੋਂ ਰੇਸ ਸ਼ੁਰੂ ਕੀਤੀ ਹੈ। ਤੀਸਰੀ ਦਸਤਾਰ ਸਜਾ ਕੇ ਤੀਸਰੀ ਟੀ ਸ਼ਰਟ ਹੁੰਦੀ, ਉੱਥੇ ਲਿਖਿਆ ਹੁੰਦਾ ਸਿੱਖ ਸੀ ਅਮੈਰੀਕਾ ਪਿੱਛੇ ਦਾ ਪ੍ਰਾਊਡ ਹੁੰਦੀ ਸੀ। ਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਸਥਾਪਿਤ ਕੀਤੀ ਹੈ, ਅਤੇ ਇੱਕ ਫਾਊਂਡਰ ਨੇ ਸਾਂਝਾ ਪੰਜਾਬ, ਇੰਡੋ ਪਾਕ ਪੰਜਾਬ, ਦੋਨੋਂ ਪੰਜਾਬਾਂ ਦੀ ਜਿਹੜੀ ਇਹਨਾਂ ਨੇ ਫਾਊਂਡੇਸ਼ਨ ਬਣਾਈ ਹੈ, ਉਹ ਇਸ ਸਾਲ ਸਥਾਪਿਤ ਹੋਈ ਹੈ। ਇੱਕ 1994 ਦੇ ਵਿੱਚ ਇਹਨਾਂ ਨੇ ਮਾਰਸ਼ਲ ਆਰਟ ਮਾਰਸ਼ਲ ਆਰਟ ਐਸੋਸੀਏਸ਼ਨ ਆਫ ਇੰਡੀਆ, ਇੱਕ ਰੇਸ ਡਾਇਰੈਕਟਰ ਨੇ ਕਰ ਰਹੇ ਨੇ, ਫਿਰ ਤੁਸੀਂ ਹੋਰ ਹੈਰਾਨ ਹੋਵੋਗੇ। ਸੋ ਆਪਾਂ ਪਹਿਲਾਂ ਤਾਂ ਮੈਂ ਸਮਝਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ 5K 5 ਹੰਕਾਰਾਂ ਨੂੰ ਲੈ ਕੇ ਤੁਸੀਂ, ਹਾਂਜੀ ਇਹ 5K ਅਸੀਂ 5 ਕਿਲੋਮੀਟਰ ਰੇਸ ਕਰਾਉਂਦੇ ਹਾਂ, ਇਹਦਾ ਇਹੀ ਕੰਸੈਪਟ ਲਿਆ ਸੀ ਸਿੱਖਾਂ ਦੇ, ਸਾਡੇ 5K ਸਭ ਕੀ ਹੁੰਦੇ ਨੇ, ਹਾਂਜੀ 5 ਹੰਕਾਰਾਂ ਤੋਂ ਲੈ ਕੇ 5K ਸ਼ੁਰੂ। ਇਹ ਲਗਾਤਾਰ ਅਸੀਂ ਪਹਿਲੇ ਜਦੋਂ ਅਸੀਂ ਨਿਊਯਾਰਕ ਸਿਟੀ ਮੈਰਾਥਨ ਸ਼ੁਰੂ ਕੀਤੀ ਸੀ ਦੌੜਨੀ, ਅਤੇ ਉਹਨੂੰ ਗੋਰੇ ਹੀ ਔਰਗਨਾਈਜ਼ ਕਰਦੇ ਆ, ਫਿਰ ਸੋਚਿਆ ਅਸੀਂ ਕਿ ਅਸੀਂ ਕਿਉਂ ਨਹੀਂ ਔਰਗਨਾਈਜ਼ ਕਰ ਸਕਦੇ। ਪਿਛਲੇ 6 ਸਾਲ ਤੋਂ ਅਸੀਂ 2 ਰੇਸਾਂ ਔਰਗਨਾਈਜ਼ ਕਰ ਰਹੇ ਹਾਂ ਨਿਊਯਾਰਕ ਦੇ ਵਿੱਚ। ਇਸ ਇੱਕ ਪਹਿਲੀ ਰੇਸ ਅਪ੍ਰੈਲ 'ਚ ਕਰਾਈ ਜਾਂਦੀ, ਜਿਸ ਦਾ ਨਾਮ ਵਿਸਾਖੀ 5K ਦਾ। ਉਹ 'ਚ ਫੋਜਾ ਸਿੰਘ ਜੀ, ਰਵੀ ਸਿੰਘ ਜੀ ਖਾਲਸਾ ਹਰ ਸਾਲ ਅਸੀਂ ਨਵੇਂ ਨਵੇਂ ਚੀਫ ਗੈਸਟ ਬੁਲਾਉਂਦੇ ਹਾਂ। ਅਤੇ ਦੂਸਰੀ ਰੇਸ ਲੌਂਗ ਆਈਲੈਂਡ
ਸਭ ਤੋਂ ਪਹਿਲਾਂ ਜਿਹੜੀ ਮੈਨੂੰ ਇਹਨਾਂ ਬਾਰੇ ਜਾਣਕਾਰੀ ਹਾਸਲ ਹੋਈ ਸੀ ਉਹ ਸਾਰਾ ਗੜੀ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਜਿਹੜੀ ਬੜੀ ਤਰੀਕੀ ਦੇ ਨਾਲ ਖੋਜ ਕੀਤੀ ਉਸ ਵਿਸ਼ੇ ਦੇ ਉੱਤੇ। ਸੋ ਸਾਰਾ ਗੜੀ ਦੇ ਖੋਜ ਦੇ ਬਾਰੇ ਸਰਵਿਸ ਕਰਦਾ ਸੀ।
ਉਸ ਨੂੰ ਰਿਕੁਐਸਟ ਕੀਤੀ ਪਹਿਲੇ ਤਾਂ ਉਹ ਮੰਨਦੇ ਨਹੀਂ ਸੀ, ਉਹ ਕਹਿੰਦੇ ਵੀ ਅਸੀਂ ਆਪਣੇ ਮੁਲਕ ਦੀ ਏਰੀਆ ਹੀ ਸਾਰਾ ਆਰਮੀ ਦੇ ਅੰਦਰ ਆ, ਅਸੀਂ ਜਾਣਕਾਰੀ ਨਹੀਂ ਦੇ ਸਕਦੇ। ਪਰ ਉਹ ਗੁੱਡ ਕਾਲਸ ਹੋਣ ਕਰਕੇ ਉਹਨੇ ਉੱਥੋਂ ਦੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੋਨੋਂ ਕਿਲਿਆਂ ਦੀ ਸਾਰਾ ਕੁਛ ਬਣਾ ਕੇ ਦੇ ਸਕਦੇ। 2017 'ਚ ਉਹ ਬੁੱਕ ਰਿਲੀਜ਼ ਕੀਤੀ ਨਵੀਂ, ਉਹਦੇ ਵਿੱਚ ਅਸੀਂ ਸਾਰੀ ਡਿਟੇਲ ਦਿੱਤੀ ਸਿੱਖ ਪਰਿਵਾਰਾਂ ਬਾਰੇ, ਨਾਲ ਨਾਲ ਕਰੰਟ ਵੀ 120 ਸਾਲ ਬਾਅਦ ਉੱਥੇ ਹਾਲਾਤ ਕਿੱਦਾਂ ਦੇ, ਜਿਹੜੇ ਮੈਮੋਰੀਅਲ ਬਣਾਏ ਸੀ ਅੰਗਰੇਜ਼ਾਂ ਨੇ ਉਹਨਾਂ ਦੀ ਹਾਲਤ ਖਸਤਾ ਕਿੱਦਾਂ ਦੀ ਸਾਰਾ ਕੁਛ ਪੁੱਛੇ। ਉਸੇ ਸਾਲ ਹੀ ਇੱਕ ਛੋਟਾ ਜਿਹਾ ਵੀਜ਼ਨ ਆਇਆ ਸੀ 2017 'ਚ ਸਟਾਰਟਿੰਗ ਜਨਵਰੀ, ਸਿੱਖ ਪਰਿਵਾਰਾਂ ਦੀ ਅੱਜ ਤੱਕ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਦੀ ਕੋਈ ਫੋਟੋ ਨਹੀਂ ਆਈ। ਫਿਰ ਕੁਦਰਤ ਦੀ ਗਾਈਡੈਂਸ ਮਿਲਣ ਤੋਂ ਬਾਅਦ ਉਹ ਜਿਹੜੇ 19 ਪਰਿਵਾਰ ਲੱਭੇ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਫੀਚਰ ਲੈ ਕੇ, ਉਹਨਾਂ ਤੋਂ ਇੱਕ ਆਰਟਿਸਟ ਸੀ ਆਪਣਾ ਨਾਭੇ ਕਾਲਜ ਤੋਂ ਮਿਲਿਆ ਸੀ, ਉਹਨੂੰ ਪੂਰੀ ਹੈਲਪ ਲੈ ਕੇ ਅਸੀਂ ਨਿੱਕੀ ਪੋਰਟਰੇਟ ਤਿਆਰ ਕਰਵਾਈ। ਉਹ ਨਿੱਕੀ ਪੋਰਟਰੇਟ ਅੱਜ ਓਰੀਜਨਲ ਪੋਰਟਰੇਟ ਜਿਹੜੇ ਅੰਮ੍ਰਿਤਸਰ ਖਾਸੇ ਦੇ ਕੋਲ ਪੰਜਾਬ ਸਟੇਟ ਨੈਸ਼ਨਲ ਆਪਣਾ ਮਿਊਜ਼ੀਅਮ ਆ ਉਹਦੇ ਵਿੱਚ ਪਏ ਨੇ, ਅਤੇ 7 ਅਸੀਂ ਹੋਰ ਗੈਲਰੀਆਂ ਬਣਾਈਆਂ ਪੂਰੇ ਪੰਜਾਬ 'ਚ, ਉੱਥੇ ਦਿੱਤੀ ਚੰਡੀਗੜ੍ਹ ਆਫਿਸ ਵੀ ਆ, ਦੋਨੋਂ ਗੁਰਦੁਆਰੇ ਸਾਰੇ ਗੜੀ ਗੁਰਦੁਆਰਾ ਸਾਹਿਬ ਉਹਨਾਂ ਨੇ ਗੈਲਰੀ ਬਣਾਈ ਹੈ, ਫਿਰੋਜ਼ਪੁਰ ਗੁਰਦੁਆਰੇ 'ਚ ਨੇ, ਇਸੇ ਤਰ੍ਹਾਂ ਸ਼ਹੀਦ ਲਾਲ ਸਿੰਘ ਜਿਹੜੇ ਹੋਏ ਸੀ ਲਾਸ ਨਾਈਕ ਤਰਨ ਤਾਰਨ ਦੇ ਕੋਲ ਧੁਨ ਪਿੰਡ ਉੱਥੇ ਹੈ, ਇੱਕ ਗੈਲਰੀ ਅਸੀਂ ਅਮੈਰੀਕਾ 'ਚ ਜਿਹੜੀ ਬਣਾਈ ਹੈ, ਅਤੇ ਇੰਨਾ ਛੋਟਾ ਜਿਹਾ ਕੰਮ। ਸੋ ਬਿਲਕੁਲ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਮੈਂ ਸਮਝਦਾ ਕਿ ਬੜੀ ਲੰਬੀ ਯਾਤਰਾ ਇਹਨਾਂ ਨੇ ਸਾਡੇ ਨਾਲ ਸਾਂਝੀ ਕਰ ਦਿੱਤੀ ਹੈ। ਮੈਂ ਇਹਨਾਂ ਦੇ ਨਾਲ ਪ੍ਰੋਗਰਾਮ ਤੋਂ ਪਹਿਲਾਂ ਵਿਚਾਰ ਕਰ ਰਿਹਾ ਸੀ, ਅਤੇ ਜਿਹੜੀ ਇਹਨਾਂ ਨੇ ਗੱਲ ਮੈਨੂੰ ਦੱਸੀ ਕਿ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਇਤਿਹਾਸ ਲਿਖਿਆ, ਕਿਉਂਕਿ ਇਹਨਾਂ ਦਾ ਕਾਰਡ ਜਦ ਮੈਂ ਦੇਖਿਆ ਅਤੇ ਰਿਸਰਚ ਸਕਾਲਰ ਐਮ ਏ ਹਿਸਟਰੀ ਨੇ, ਅਤੇ ਗੱਲ ਸਾਂਝੀ ਕਰਦੇ ਰਹੀ ਕਿ ਮੀਟ ਦੇ ਮੌਕਿਆਂ 'ਤੇ ਇਕੱਠੇ ਹੋਏ ਆ, ਇਹ ਵੀ ਖਾਲਸਾ ਕਾਲਜ ਦੇ ਪੜ੍ਹੇ ਹੋਏ ਨੇ ਅਤੇ ਮੈਂ ਵੀ ਖਾਲਸਾ ਕਾਲਜ ਦਾ ਸਟੂਡੈਂਟ ਹੋਣ ਦੇ ਨਾਤੇ ਅੱਜ ਇਸ ਜਗ੍ਹਾ 'ਤੇ ਬੈਠੇ ਹਾਂ। ਸੋ ਇਹ ਵੀ ਮੈਂ ਸਮਝਦਾ ਕਿ ਸਾਡੇ ਪੁਰਖਿਆਂ ਨੇ ਬੜਾ ਵੱਡਾ ਉਦਮ ਕੀਤਾ ਹੋਇਆ, ਕਿ ਸ਼ਾਨਦਾਰ ਇੱਥੋਂ ਦੀ ਇਮਾਰਤ ਹੈ, ਅਤੇ ਇੰਨਾ ਸਾਰਾ ਬਹੁਤ ਕੁਝ ਇਸ ਧਰਤੀ ਨੇ ਵੀ ਦਿੱਤਾ ਹੈ ਸਾਡੀ ਕੌਮ ਨੂੰ। ਸੋ ਜਿਹੜੀ ਮੈਂ ਸਮਝਦਾ ਕਿ ਅੱਗੇ ਵਧਣ ਤੋਂ ਪਹਿਲਾਂ ਇੱਕ ਉਹ ਜਿਹੜੀ ਸਾਡੇ ਸਕੂਲ ਟਾਈਮ ਦੀ ਜਿਹੜੀ ਜਦੋਂ ਤੁਸੀਂ ਸਭ ਤੋਂ ਪਹਿਲਾਂ ਇਤਿਹਾਸ ਲਿਖਿਆ ਹੁਸ਼ਿਆਰਪੁਰ ਦੀ ਘਟਨਾ ਜਿਹੜੀ ਉਹ ਜ਼ਰੂਰ ਸਾਂਝੀ ਕਰੋ, ਹੋ ਸਕਦਾ ਕੋਈ ਇੰਸਪਾਇਰ ਹੋ ਕੇ ਇਹਨਾਂ ਗੱਲਾਂ ਤੋਂ ਉਹ ਵੀ ਉਹਦੇ ਵੀ ਜ਼ਮੀਰ 'ਤੇ ਆ ਕੇ ਉਹ ਵੀ ਕੁਛ ਵੱਡਾ ਕਰਨਾ ਸੋਚ। ਹਾਂਜੀ, ਸ਼ੁਰੂ ਤੋਂ ਮੈਂ ਮਾਰਸ਼ਲ ਆਰਟ ਦੇ ਵਿੱਚ ਸੀ, ਕਰਾਟੇ ਕੋਈ ਸਾਡੀਆਂ ਪੰਜਾਬ ਦੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ ਸੀ, ਉਹਦੀ ਤਰੱਕੀ ਕੀਤੀ, ਅੰਮ੍ਰਿਤਸਰ ਦਾ ਮੈਂ ਕੋਚ ਬਣ ਗਿਆ। ਪੰਜਾਬ ਸਟੇਟ ਦੀ ਹੁਸ਼ਿਆਰਪੁਰ 'ਚ ਇੱਕ ਮੀਟਿੰਗ ਸੀ ਕਰਾਟੇ ਦੀ, ਸਾਡੀ ਪੰਜਾਬ ਦੀ ਇੱਕ ਸਟੇਟ ਮੀਟਿੰਗ ਸੀ ਹੁਸ਼ਿਆਰਪੁਰ, ਸੀਰੀਅਸਲੀ ਸਾਰੇ ਕੋਚਿਸ ਇਕੱਠੇ ਸੀ ਉੱਥੇ। ਮੀਟਿੰਗ ਜਲਦੀ ਖਤਮ ਹੋ ਗਈ, ਫਿਰ ਮੈਂ ਲੋਕਲ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਪੁੱਛਿਆ ਵੀ ਗੁਰਦੁਆਰਾ ਸਾਹਿਬ ਇਤਿਹਾਸਿਕ ਸ਼ਹਿਰ ਕਿੱਥੇ ਆਏ ਆ। ਚਲੋ ਪਹਿਲੀ ਵਾਰੀ ਮੈਂ ਗਿਆ ਸੀ ਹੁਸ਼ਿਆਰਪੁਰ, ਉਹਨਾਂ ਨੇ ਯੋਗਾ ਸਿੰਘ ਜੀ ਦਾ ਗੁਰਦੁਆਰੇ ਦਾ ਜ਼ਿਕਰ ਕੀਤਾ, ਜਿਹੜਾ ਭਾਈ ਸ਼ੇਖਾਂ ਬਸਤੀ ਬਜ਼ਾਰ ਸੀ, ਬਸਤੀ ਸ਼ੇਖਾਂ ਦੇ ਵਿੱਚ ਗੁਰਦੁਆਰਾ ਸਾਹਿਬ ਮੈਂ ਜਾ ਕੇ ਦਰਸ਼ਨ ਕੀਤੇ ਅਤੇ ਉੱਥੇ ਥੋੜ੍ਹਾ ਜਿਹਾ ਇਤਿਹਾਸ ਲਿਖਿਆ ਸੀ ਉਹਨੂੰ ਪੜ੍ਹਿਆ, ਅਤੇ ਗ੍ਰੰਥੀ ਸਿੰਘ ਗੋਬਿੰਦ ਸਿੰਘ ਨਾਲ ਮੁਲਾਕਾਤ। ਉਹਨਾਂ ਨੂੰ ਮੈਂ ਕਿਹਾ ਇੱਥੇ ਕੋਈ ਕਿਤਾਬ ਦਾ ਜਾਂ ਕੋਈ ਬੁੱਕ ਲਿਖੀ ਆ ਦਿਓ ਤੁਸੀਂ ਮੈਨੂੰ, ਦੇ ਦਿਓ ਮੈਨੂੰ ਪੜ੍ਹਨ ਦਾ ਸ਼ੌਂਕ ਸੀ ਉਹਨੂੰ। ਉਮਰ ਕਿੰਨੀ ਸੀ ਤੁਹਾਡੀ? ਹਾਂਜੀ, ਉਸ ਟਾਈਮ ਮੈਂ 10ਵੀਂ ਕਲਾਸ 'ਚ ਪੜ੍ਹਦਾ ਸੀ। 10ਵੀਂ ਕਲਾਸ 'ਚ ਪੜ੍ਹਦੇ ਸੀ? ਸੋ ਇਹ ਗੱਲ ਧਿਆਨ 'ਚ ਰੱਖਦੇ ਹੋਏ, ਗੱਲ ਸੁਣਦੇ ਹੋਏ 10ਵੀਂ ਕਲਾਸ ਦੇ ਸਟੂਡੈਂਟ ਇਹ ਗੱਲ ਕਰ ਰਹੇ ਹੋਏ ਜੀ। 10ਵੀਂ 'ਚ ਪੜ੍ਹਦਾ ਆਉਣ ਕਰਕੇ ਫਿਰ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਇੱਥੇ ਕਿਸੇ ਨੇ ਇਤਿਹਾਸ ਨਹੀਂ ਲਿਖਿਆ, ਨਾ ਹੀ ਪਿਛੋਕੜ ਸਕੂਲ ਮਿਲਦਾ, ਪਰ ਇਹ ਵਰਬਲੀ ਮੌਤੂ ਮੌਲਟਰੀ ਕਹਾਣੀ ਅੱਗੇ ਚੱਲ ਰਹੀ ਸੀ। ਉਹਨਾਂ ਦੇ 2 ਘੰਟੇ ਬਹਿ ਕੇ ਉਹਨਾਂ ਦੇ ਸਾਰੀ ਸਟੋਰੀ ਸੁਣੀ, ਗੁਰੂ ਗੋਬਿੰਦ ਸਿੰਘ ਜੀ ਦੇ ਮੇਲੇ ਕਿੱਦਾਂ ਉਹਨਾਂ ਨੇ ਕੀਤਾ ਸਾਰਾ ਕੁਛ, ਨਾਲ ਮੈਂ ਲਿਖਦਾ ਗਿਆ। ਉਸ ਤੋਂ ਬਾਅਦ ਮੈਂ ਕਿਹਾ ਇਹਦਾ ਇਤਿਹਾਸ ਮੈਂ ਲਿਖਾਂ, ਉਹ ਬੜੇ ਖੁਸ਼ ਹੋਏ ਵੀ ਇਸ ਉਮਰ 'ਚ ਇਹ ਕਹਿ ਰਿਹਾ। ਅਤੇ ਮੈਂ ਆ ਕੇ ਲੋਕਲ ਇੱਥੋਂ ਕੁਛ ਇਕੱਠਾ ਕੀਤਾ, ਦੁਬਾਰਾ ਉੱਥੇ ਫਿਰ ਇੱਕ ਵਾਰੀ ਵਿਜ਼ਿਟ ਕੀਤੀ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਸੀ, ਉਹਨਾਂ ਤੋਂ 47 ਦਾ ਰਿਕਾਰਡ ਇਕੱਠਾ ਕੀਤਾ, ਉਹ ਤੋਂ ਪਹਿਲੇ ਦਾ ਰਿਕਾਰਡ ਇਕੱਠਾ ਕਰਕੇ ਤਕਰੀਬਨ ਮੇਰੇ ਖਿਆਲ ਨਾਲ 35-40 ਪੇਜ ਦੀ ਇੱਕ ਕਿਤਾਬ ਲਿਖੀ। ਮਸਲਾ ਇਹ ਪੈ ਗਿਆ ਉਹਨੂੰ ਛਪਾਉਣਾ ਕਿੱਦਾਂ, ਉਹਦੇ ਵਾਸਤੇ ਮੈਂ ਇੱਥੇ ਪ੍ਰੈਸਾਂ ਤੋਂ ਵੱਡੀਆਂ ਕੋਈ ਗਿਆ, ਉਹ ਖਰਚਾ ਉਹਨਾਂ ਨੇ ਬਹੁਤ ਜ਼ਿਆਦਾ ਸੋਚਿਆ ਜਿਹੜਾ ਮੇਰੀ ਪੇਜ ਤੋਂ ਬਾਹਰ ਸੀ, ਅਤੇ ਆਪਣੀ ਪੋਕਿਟ ਮਨੀ ਤਕਰੀਬਨ ਕਾਫੀ ਮਹੀਨੇ ਕਰ ਲਾ ਕੇ ਅਤੇ 625 ਰੁਪਏ ਮੈਂ ਇਕੱਠੇ ਕੀਤੇ ਸੀ। ਅਤੇ ਜਲ੍ਹਿਆਂਵਾਲੇ ਬਾਗ ਦੇ ਕੋਲ ਹੀ ਦਰਬਾਰ ਸਾਹਿਬ ਘੰਟਾ ਘਰ ਦੇ ਬਾਹਰ ਇੱਕ ਧੋਬੀ ਬਾਜ਼ਾਰ ਹੁੰਦਾ ਸੀ, ਬਿੱਲੇ ਅੱਜ ਕੱਲ੍ਹ ਤਾਂ ਨਹੀਂ ਹੈਗਾ, ਉੱਥੇ ਮੋਚੀ ਧੋਬੀ ਬਾਜ਼ਾਰ 'ਚ ਇੱਕ ਦੁਕਾਨ ਸੀ ਜਿਹੜਾ ਗੁਰੂ ਤੇਗ ਬਹਾਦਰ ਕਾਲਜ ਦੇ ਨਾਲ ਖੱਬੇ ਆ, ਉਹ ਹੱਥ ਦੇ ਨਾਲ ਮਸ਼ੀਨ ਚਲਾਉਂਦੇ ਸੀ, ਕਾਰਡ ਵਗੈਰਾ ਛਾਪਦੇ ਹੁੰਦੇ ਸੀ ਅਤੇ ਹੱਥਾਂ ਨਾਲ ਸਿੱਕਾ ਲਾਉਂਦੇ ਸੀ ਜਿਹੜੇ ਅੱਖਰ ਹੁੰਦੇ ਸੀ। ਉਹ ਸਰਦਾਰ ਜੀ ਨਾਲ ਗੱਲ ਕੀਤੀ, ਉਹ ਕਹਿੰਦੇ ਕੰਮ 'ਤੇ ਤੇਰੀ ਸੋਚ ਵਧੀਆ ਪਰ ਇੰਨੀ ਸੀ ਕੰਮ ਨਹੀਂ, ਉਹਨਾਂ ਨੇ
ਨੇ ਸ਼ਾਇਦ 1200-1300 ਖਰਚ ਸੁਣਾਇਆ ਕਿ ਜੇ ਲੇਬਰ ਲੱਗੇਗੀ ਮੈਨੂੰ ਇੱਕ ਬੰਦਾ ਹਾਇਰ ਕਰਨਾ ਪਵੇਗਾ ਇਹਨੂੰ ਸਾਰਾ ਇਹਦਾ ਫੋਨ ਸੈੱਟ ਕਰਨ ਵਾਸਤੇ। ਮੈਂ ਕਿਹਾ ਹੋਗਾ ਮੇਰੇ 'ਤੇ ਛੱਡ ਦਿਉ, ਮੈਂ ਰੋਜ਼ 2 ਘੰਟੇ ਜਾ ਕੇ ਉਹਨਾਂ ਦਾ ਫੋਨ ਆਪ ਸੈੱਟ ਕਰਨਾ ਸੀ। ਤਕਰੀਬਨ 1.5 ਮਹੀਨਾ ਲੱਗਾ, ਉਸ ਤੋਂ ਬਾਅਦ ਫਿਰ ਅਸੀਂ ਸ਼ਾਇਦ 150 ਕੁ ਦਾ ਆਪ ਸੈੱਟ ਕਰਨਾ ਸੀ। ਉਹ ਜਾ ਕੇ ਮੈਂ ਹੁਸ਼ਿਆਰਪੁਰ ਦੇ ਵੀ ਉਹ ਸਾਰੇ ਬੜੇ ਖੁਸ਼ ਹੋਏ। ਇੱਕ ਦਸਵੀਂ ਕਲਾਸ ਦਾ ਬੱਚਾ ਹੈ, ਉਹ ਕਿਤਾਬ ਲਿਖ ਕੇ ਲੈ ਆਇਆ ਭਾਈ ਜੋਗਾ ਜੀ ਦਾ। ਆਪਾਂ ਕਹਿ ਰਹੇ ਇਤਿਹਾਸ ਆਪਾਂ ਜਾਣਦੇ, ਮੇਰੇ ਖਿਆਲ ਜਦੋਂ ਇਹਨਾਂ ਨੇ ਲਿਖੀ ਕਿਹੜੀ ਸਾਲ ਦੀ ਗੱਲ ਸੀ, 82-83 ਦੀ ਸਾਲ। ਸੋ ਆਪਾਂ ਇੱਕ ਲਗਨ ਸੀ, ਮਨ ਦੇ ਅੰਦਰ ਲਗਨ ਸੀ, ਅਤੇ ਉਸ ਲਗਨ ਦੇ ਨਾਲ ਕਿਤਾਬ ਛਾਪੀ ਆਪ ਜਾ ਕੇ ਉਹ ਜਿਹੜੇ ਅੱਖਰ ਨੇ ਆਪਾਂ ਜਾਣਦੇ ਪੁਰਾਣੇ ਨੂੰ ਪਹਿਲਾਂ ਅੱਖਰ ਸੈੱਟ ਕਰਨੇ ਪੈਂਦੇ ਸੀ ਅਤੇ ਫਿਰ ਉਹ ਸਿਲਵਰ ਦੇ ਸਿੱਕੇ ਦੇ ਅੱਖਰ ਹੁੰਦੇ ਸੀ ਉਹ ਸੈੱਟ ਕਰੇ। ਉਸ ਲਗਨ ਤੋਂ ਚੱਲਦੇ ਹੋਏ ਉਸ ਤੋਂ ਬਾਅਦ ਫਿਰ ਸਾਰਾ ਗੜੀ ਗੁਰਦੁਆਰਾ ਸਾਹਿਬ ਦਾ ਉੱਥੋਂ ਦਾ ਇਤਿਹਾਸ ਲੈ ਕੇ ਅਤੇ ਇਹ ਜਿਹੜੀਆਂ ਬੜੀਆਂ ਵੱਡੀਆਂ ਵੱਡੀਆਂ ਈਵੈਂਟਸ ਜਿਹੜੀਆਂ ਉਹਨਾਂ ਦੀ ਸੰਖੇਪ ਜਾਣਕਾਰੀ ਮੈਂ ਉਹਨਾਂ ਸਾਡੇ ਨਾਲ ਸਾਂਝੀ ਕੀਤੀ ਹੈ। ਇਹਦੇ ਨਾਲ ਹੀ ਮੈਂ ਸਮਝਾਂ ਕਿ ਮੈਂ ਸਾਰਾ ਗੜੀ ਜੀ ਥੋੜ੍ਹਾ ਜਿਹਾ ਹੋਰ ਐਡ ਕਰ ਦਿੰਦਾ। ਅੱਜ ਕੱਲ੍ਹ ਜੋ ਚੱਲ ਰਿਹਾ ਸਾਰਾ ਗੜੀ ਦੇ 1921-1919 ਪਰਿਵਾਰ 97 'ਚ ਲੱਭ ਲਏ ਸੀ। ਉਸ ਸਮੇਂ ਇਸ ਰੈਜੀਮੈਂਟ ਦਾ ਲੈਫਟੀਨੈਂਟ ਕਰਨਲ ਜੌਨ ਹਾਡਲ ਜਿਹੜਾ ਇੰਗਲੈਂਡ ਤੋਂ ਸੀ, ਉਸਦੀ ਕਜ਼ਨ ਦੀ ਫੈਮਿਲੀ ਪਿਛਲੇ ਵੀਕ ਹੀ ਫਰਾਂਸ ਦੇ ਵਿੱਚ ਮੈਟ੍ਰਿਕਸ ਕੀਤੀ 123 ਸਾਲ ਬਾਅਦ। ਉਹ ਸੈਕਿੰਡ ਵਰਲਡ ਵਾਰ ਵੀ ਉਹ ਆਦਮੀ ਲੜ ਚੁੱਕਾ, 81 ਸਾਲ ਹੋ ਰਹੀ ਉਮਰ। ਅਤੇ ਹੁਣ ਮੈਂ ਜਲਦੀ ਵਿਜ਼ਿਟ ਉੱਥੇ ਕਰਾਂਗਾ, ਉਹਨਾਂ ਕੋਲ ਬਹੁਤ ਰਿਕਾਰਡ ਪਏ ਨੇ ਸਾਰਾ ਗੜੀ ਨਾਲ ਸੰਬੰਧਿਤ। ਉਹ ਰਿਕਾਰਡ ਲਿਆ ਕੇ ਫਿਰ 125 ਸਾਲਾਂ ਦੇ ਜਿਹੜੀ ਅਗਲਾ ਐਡੀਸ਼ਨ ਕਿਤਾਬ ਦਾ ਛਪੇਗਾ ਉੱਥੇ ਦੀ ਸਾਰੀ ਗੜੀ। ਅਤੇ ਇਸ ਤੋਂ ਬਿਨਾਂ ਜਿਹੜੀ ਇਹ ਲੜਾਈ ਲੜੀ ਗਈ ਸੀ ਪਾਕਿਸਤਾਨ ਦੇ ਕੁਹਾੜ ਸਮਾਨਾ ਰੇਂਜ ਦਾ ਏਰੀਆ ਸੀ ਜਿਹੜਾ ਕਿ ਅਫਗਾਨਿਸਤਾਨ ਦੇ ਬਿਲਕੁਲ ਬਾਰਡਰ 'ਤੇ ਪੈਂਦਾ। ਉਸ ਜਗ੍ਹਾ 'ਤੇ ਲੜਾਈ ਤੋਂ ਬਾਅਦ 2 ਹਫ਼ਤੇ ਬਾਅਦ ਇੱਕ ਯਾਦਗਾਰ ਬਣਾਈ ਸੀ ਉਸੇ ਸਾਰਾ ਗੜੀ ਦੀ ਢੱਕੀ ਹੋਈ ਚੌਂਕੀ ਦੀ ਪੱਥਰਾਂ ਦੇ ਹਾਲਾਤ ਲੈ ਕੇ ਸਾਰੀ ਉੱਥੇ ਸਿੱਖਾਂ ਦਾ ਸੰਸਕਾਰ ਹੋਇਆ ਸੀ। 1970-71 'ਚ ਭੁਚਾਲ ਹੋਣ ਕਰਕੇ ਢੱਕ ਗਈ ਸੀ। ਉਸ ਤੋਂ ਬਾਅਦ ਉਹਨਾਂ ਨੇ 1901 ਦੇ ਵਿੱਚ ਲਾਹੌਰ ਜਿਹੜਾ ਮੇਨ ਕਿਲ੍ਹਾ ਸੀ ਉਹਦੀ ਬੈਕ ਸਾਈਡ 'ਤੇ ਇੱਕ ਮੈਮੋਰੀਅਲ ਬਣਾਇਆ ਸੀ ਜਿਹਦੀ ਹਾਲਾਤ ਹੁਣ ਖਸਤਾ ਹੈ। ਅਤੇ ਮੈਂ ਆਪਣੇ ਸੋਰਸਿਸ ਨੂੰ ਲਾ ਕੇ ਅਸੀਂ ਉੱਥੇ ਇੱਕ ਗਾਰਡਨ ਬਣਾ ਰਹੇ ਹਾਂ ਅਤੇ ਨਾਲ ਉਹਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ, ਪਿਛਲੇ ਵੀਕ ਤੋਂ ਸ਼ੁਰੂ ਹੋ ਚੁੱਕਾ। ਅਤੇ ਸਾਰਾ ਗੜੀ ਪਹਾੜੀ ਤੋਂ ਸਿਰਫ 12 ਕਿਲੋਮੀਟਰ ਦੂਰ ਹੰਦੂ ਇੱਕ ਏਰੀਆ ਹੈ। ਉਸ ਜਗ੍ਹਾ 'ਤੇ ਸਿੱਖਾਂ ਦੀ ਆਬਾਦੀ 4-5 ਸਿੱਖ ਪਰਿਵਾਰ ਰਹਿੰਦੇ ਨੇ, 6-7 ਹਿੰਦੂ ਅਤੇ ਬਾਕੀ ਸਾਰੇ ਹੋਰ ਅਫਜਾਈ ਮੁਸਲਮਾਨ ਆਬਾਦੀ ਹੈ। ਉਹਨਾਂ ਨਾਲ ਸੰਪਰਕ ਕੀਤਾ ਅਤੇ ਅਸੀਂ 3200 ਸਕੇਅਰ ਫੁੱਟ ਦੀ ਜਗ੍ਹਾ ਲੈ ਕੇ ਸਾਰਾ ਗੜੀ ਦੇ ਨਾਂ 'ਤੇ ਪਹਿਲਾ ਗੁਰਦੁਆਰੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਉਸ ਜਗ੍ਹਾ 'ਤੇ ਪਹਿਲਾ ਗੁਰਦੁਆਰਾ ਹੋਏਗਾ ਖੈਬਰ ਪਖਤੂਨਵਾ ਜੀ, ਜਿਹਨੂੰ ਹਰੀ ਸਿੰਘ ਨਲਵਾ ਨੇ ਇੱਕ ਸਮੇਂ 'ਚ ਫਤਿਹ ਕੀਤਾ ਸੀ। ਪੂਰਾ ਕੰਮ ਵੀ ਸ਼ੁਰੂ ਹੋ ਚੁੱਕਿਆ। ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਸਾਰਾ ਗੜੀ ਸਿੰਘ ਸਭਾ। ਆਉਣ ਵਾਲੇ ਸਮੇਂ 'ਚ ਸਾਡਾ ਹੀ ਪ੍ਰੋਗਰਾਮ ਮੰਨਿਆ, ਅਸੀਂ ਉੱਥੇ ਵਿਜ਼ਿਟ ਕਰਾਂਗੇ ਅਤੇ ਜਾ ਕੇ ਪਹਿਲੀ ਵਾਰ ਉਸ ਪਹਾੜੀ 'ਤੇ ਜਿੱਥੇ ਜੀ ਸਿੰਘਾਂ ਨੇ 10,000 ਦਾ ਮੁਕਾਬਲਾ ਕੀਤਾ ਸੀ ਧਾਰਮਿਕ ਪ੍ਰੋਗਰਾਮ। ਸਾਰੀਆਂ ਗਤੀਵਿਧੀਆਂ ਜਿਹੜੀਆਂ ਆਪਾਂ ਇਹਨਾਂ ਕੋਲੋਂ ਸੁਣਦੇ ਪਏ ਹਨ, ਇਹ ਸਾਰਾ ਕੁਝ ਆਪਣੇ ਨਿੱਜੀ ਖਰਚੇ ਦੇ ਉੱਤੇ ਕਰਦੇ ਹੋਏ, ਜਿਹੜੀ ਗੱਲ ਕਿ ਸਭ ਤੋਂ ਵੱਧ ਮੈਨੂੰ ਲੱਗਦਾ ਤੁਹਾਨੂੰ ਵੀ ਹੈਰਾਨ ਕੀਤਾ ਹੋਏਗਾ ਇਸ ਗੱਲ ਨੂੰ, ਅਤੇ ਉਹ ਵੀ ਕਾਫੀ ਹੈਰਾਨ ਕੀਤੀ। ਵੈਸੇ ਤਾਂ ਬਹੁਤ ਸਾਰੀਆਂ ਸੰਗੀਤਾਂ ਦੇ ਨਾਲ ਮੰਨਦੇ ਆ ਵਿਚਾਰਾਂ, ਹਰ ਕੋਈ ਆਪਣੀ ਜਗ੍ਹਾ 'ਤੇ ਸਤਿਕਾਰਯੋਗ ਹੈ, ਪਰ ਇਹਨਾਂ ਦਾ ਜਿਹੜਾ ਕੰਸੈਪਟ ਹੈ ਆਪਣੀ ਜ਼ਿੰਦਗੀ ਦਾ, ਮੈਨੂੰ ਲੱਗਦਾ ਕਿ ਵਨ ਮੈਨ ਆਰਮੀ ਹੈ। ਸੋ ਸ਼ੁਰੂਆਤ ਹਾਂਜੀ, ਭਗਤ ਪੂਰਨ ਸਿੰਘ ਜੀ ਫਰੈਂਡਲੀ ਕਾਫੀ ਸੀ ਮੇਰੇ ਨਾਲ, ਜਦੋਂ ਹੀ ਸਾਰਾ ਗੜੀ ਸੇਵੀ ਦੇ ਥਾਈ ਇਸ਼ਨਾਨ ਬਣਾ ਕੇ ਸੇਵਾ ਕਰਦੇ, ਉਹ ਰੋਜ਼ ਸ਼ਾਮ ਨੂੰ ਭਾਈ ਪਿਆਰਾ ਜੀ ਨੂੰ ਠੇਲਾ ਗੱਡੀ 'ਚ ਬਣਾ ਕੇ ਰਿਕਸ਼ਾ ਆਪ ਚਲਾ ਕੇ ਸਾਡੇ ਕੋਲ ਲੰਘਦੇ ਹੁੰਦੇ ਸੀ। ਰੋਜ਼ ਰੋਜ਼ਾਨਾ ਮੁਲਾਕਾਤ ਹੁੰਦੀ ਸੀ ਅਤੇ ਮੈਨੂੰ ਜ਼ਿਆਦਾ ਇੰਪ੍ਰੈਸ ਕਰਦੇ ਅਤੇ ਉਹ ਬੁਲਾ ਕੇ ਆਪਣੇ ਕੋਲ ਪਿੰਗਲਵਾੜ ਵੀ ਸਾਰਾ ਸਾਰਾ ਦਿਨ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਵੇਖ ਜੋ ਉਹ ਸ਼ੋਰ ਗਿਆ। ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਮੈਂ ਉੱਥੇ 1 ਸਾਲ ਤੱਕ ਉੱਥੇ ਜਿਹੜੇ ਅਪੰਗ ਬੱਚੇ ਹੈ ਉਹਨਾਂ ਨੂੰ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੱਤੀ ਸੀ। ਇਹ ਮੈਂ ਭੁੱਲ ਗਿਆ ਸੀ ਪਹਿਲੇ ਕਿਉਂਕਿ ਜ਼ਿਆਦਾ ਉਹਨਾਂ ਸ਼ੌਕ ਪਿਆ ਸੀ, ਮੈਂ ਉਹਨਾਂ ਨੇ ਕਿਹਾ ਭਗਤ ਜੀ ਨੂੰ, ਮੈਂ ਕਿਹਾ ਮੈਂ ਇਹਨਾਂ ਨੂੰ ਵੀ ਸਿਖਾਉਣਾ। ਉਹ ਕਹਿੰਦੇ ਠੀਕ ਹੈ ਜਿੰਨਾ ਤੂੰ ਕਰ ਸਕਦਾ। ਅਤੇ ਉਹਨਾਂ ਨੇ ਕਿਹਾ ਸੀ ਸਰਾਂ ਵਾਲੇ ਪਾਸੇ ਉਹਨਾਂ ਨੇ ਇੱਕ ਹੱਥ ਪੇਂਟਿੰਗ ਕਰਕੇ ਇੱਕ ਬੋਰਡ ਬਣਾਇਆ ਸੀ ਜਿਹਦਾ ਉਹ ਤੋਂ ਉਹਨਾਂ ਨੇ ਮੈਨੂੰ ਕਾਫੀ ਇੰਸਪਾਇਰ ਕੀਤਾ। ਕਹਿੰਦੇ ਵੀ ਆਹ ਵੇਖ ਬੋਲ 'ਚ
ਚੰਗੀ ਤਰ੍ਹਾਂ ਬੋਰਡ ਦੇ ਵਿੱਚ ਇਹ ਸੀ ਕਿ ਨਿਹੰਗ ਸਿੰਘ ਜੰਗਲ ਤੋਂ ਇਕੱਲਾ ਹੀ ਸੜਕ ਨੂੰ ਸ਼ਹਿਰ ਵੱਲ ਨੂੰ ਕੱਢਦਾ ਪਿਆ ਅਤੇ ਕਨਿੰਗਮ ਉਸ ਟਾਈਮ ਜਿਹੜਾ ਅੰਗਰੇਜ਼ ਔਫੀਸਰ ਸੀ ਉਹ ਉੱਥੋਂ ਲੰਘ ਰਿਹਾ ਸੀ ਅਤੇ ਉਹਨੇ ਉਹਨੂੰ ਪੁੱਛਿਆ ਲੋਕਾਂ ਨੂੰ ਕੀ ਕਰ ਰਿਹਾ ਉਹ ਕਹਿੰਦੇ ਵੀ ਇਹ ਪਿੰਡ ਨੂੰ ਸ਼ਹਿਰ ਨਾਲ ਜੋੜਨ ਲਈ ਇਹ ਸ਼ੋਰਟਕੱਟ ਰਸਤਾ ਹੈ ਜੰਗਲ ਤੋਂ ਇੱਥੇ ਸੜਕ ਇਕੱਲਾ ਹੀ ਕੱਢ ਰਿਹਾ ਅਤੇ ਉਹ ਨਿਹੰਗ ਸਿੰਘ ਕੋਲ ਜਾ ਕੇ ਉਹਨੂੰ ਪੁੱਛਦੇ ਅਕਾਲੀ ਸਿੰਘ ਸੀ ਵੀ ਇਹ ਤੂੰ ਕੀ ਕਰਨ ਕਰ ਰਿਹਾ ਤੈਨੂੰ ਕਿੰਨੇ ਦਿਆ ਕਿਸੇ ਨੂੰ ਪੈਸੇ ਦਿੱਤੇ ਉਹ ਕਹਿੰਦਾ ਮੈਂ ਪਿੰਡ ਵਾਸੀਆਂ ਦੀ ਸਹੂਲਤ ਵਾਸਤੇ ਵੀ ਉਹ 20 ਮੀਲ ਦੂਰੋਂ ਵਲਾ ਪਾ ਕੇ ਜਾਂਦੀ ਇੱਧਰੋਂ ਸਿਰਫ 1 ਮੀਲ ਦੇ ਵਿੱਚ 2 ਮੀਲ 'ਚ ਇਹ ਸ਼ਹਿਰ ਨੂੰ ਪੁੱਜ ਸਕਦਾ ਕੋਈ ਬਿਮਾਰ ਹੋ ਜਾਂਦਾ ਅਤੇ ਇਹਨਾਂ ਦੀ ਸਹੂਲਤ ਵਾਸਤੇ ਮੈਂ ਨਿਸ਼ਕਾਮ ਕਰਦਾ ਅਤੇ ਕਨਿੰਗਮ ਉੱਥੇ ਖਲੋ ਕੇ ਉਹਨੂੰ ਨਿਹੰਗ ਸਿੰਘ ਨੂੰ ਸਲੂਟ ਮਾਰਦਾ ਵੀ ਤੇਰੇ ਵਰਗੇ ਬੰਦੇ ਹੁੰਦੇ ਸੀ ਉਹ ਇਹਨਾਂ ਨੇ ਬੜਾ ਵੱਡਾ ਬੋਰਡ ਬਣਾਇਆ ਸੀ ਜਿਹੜਾ ਕਿ ਹੁਣ ਸਰਾਂ ਵਾਲੇ ਪਾਸੇ ਗੱਲ ਚੁੱਕਾ ਮੇਰੇ ਖਿਆਲ ਨਾਲ ਉਹਨਾਂ ਨੇ ਸੰਭਾਲਿਆ ਨਹੀਂ ਕਿਸੇ ਨੇ ਅਤੇ ਉਹ ਚੀਜ਼ ਇਹਨਾਂ ਨੇ ਮੈਨੂੰ ਕਹੀ ਸੀ ਕਹਿੰਦੇ ਵੀ ਉਹਨਾਂ ਨੇ ਨਾਂ ਰੱਖਿਆ ਸੀ ਮੇਰਾ ਲਾਲ ਸਿੰਘ ਛੋਟਾ ਜਿਹਾ ਕਹਿੰਦੇ ਲਾਲ ਸਿੰਘ ਜੇ ਜ਼ਿੰਦਗੀ 'ਚ ਕੰਮ ਕਰਨੇ ਇੱਦਾਂ ਦੇ ਕਰੀ ਜਿਹੜਾ ਕੰਮ ਤੈਨੂੰ ਨਜ਼ਰ ਆਏਗਾ ਵੀ ਇਹ ਚੰਗਾ ਇਹ ਨਾ ਡੀਕੀ ਵੀ ਕੋਈ ਸੰਸਥਾ ਕੋਈ ਬੰਦਾ ਆ ਕੇ ਇਹਦੀ ਹੈਲਪ ਕਰਿਆ ਤੂੰ ਆਪੇ ਸ਼ੁਰੂ ਕਰ ਅਤੇ ਉਹ ਵੀ ਚੀਜ਼ ਲੈ ਕੇ ਅੱਜ ਤੱਕ ਮੈਂ ਸੋ ਬਿਲਕੁਲ ਇੱਕ ਭਗਤ ਪੂਰਨ ਸਿੰਘ ਜੀ ਨੂੰ ਵੀ ਅੱਜ ਯਾਦ ਕੀਤਾ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਸੋ ਕੁਝ ਨਾ ਕੁਝ ਕੁਦਰਤ ਨੇ ਐਸੀਆਂ ਰੂਹਾਂ ਨੂੰ ਬਖਸ਼ਿਆ ਹੁੰਦਾ ਹੈ ਸਾਰਾ ਕੁਝ ਬਟ ਨੈਚੁਰਲ ਨਹੀਂ ਹੁੰਦਾ ਹੈ ਰੱਬੀ ਰਹਿਮਤ ਹੁੰਦੀ ਹੈ ਅਤੇ ਫਿਰ ਹੀ ਨਹੀਂ ਤਾਂ ਇੰਨੀ ਛੋਟੀ ਉਮਰ 'ਚ 10 ਸਾਲਾਂ ਦੀ ਉਮਰ ਦੇ ਵਿੱਚ ਕਿਹੜਾ ਬੱਚਾ ਹੈ ਕਿ ਜਿਹੜਾ ਪਹਿਲਾਂ ਉਸ ਵੇਲੇ ਕੋਚ ਬਣ ਚੁੱਕਾ ਹੋਵੇ ਸੋ ਮੈਂ ਸਮਝਦਾ ਕਿ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਪਰ ਇੱਕ ਕਰਾਟੇ ਵਾਲੀ ਜਿਹੜੀ ਗੱਲ ਹੈ ਕਿਉਂਕਿ ਮੈਂ ਤੁਹਾਡੀਆਂ ਫੋਟੋਗ੍ਰਾਫਸ ਦੇਖ ਰਿਹਾ ਸੀ ਹੁਣੇ ਕਿ ਤੁਸੀਂ ਬਲੈਕ ਬੈਲਟ ਹੋ ਤਾਂ ਮੇਰੇ ਕੋਲ ਸੀ ਹਾਈਐਸਟ ਰੈਂਕ ਹੋ ਤੁਸੀਂ ਜੀ ਕਰ ਚੁੱਕੇ ਵਿਸਤਾਰ ਅਤੇ ਸਾਰੇ ਕੰਮ 5 ਕਤਾਰਾਂ ਸਮੇਤ ਤੁਸੀਂ ਸਾਰਾ ਆਪਣਾ ਕਰਾਟੇ ਵੀ ਕਰਦੇ ਹੋ ਅਤੇ ਕਰਾਟੇ ਵਾਲੀ ਗੱਲ ਕਿੱਥੋਂ ਆਰੰਭ ਹੋਈ ਹੈ ਵੀ ਤੁਹਾਡਾ ਹਾਂਜੀ ਇਹ ਫਿਜੀਕਲ ਫਿਟਨੈਸ ਦਾ ਸ਼ੌਂਕ 4th-5th ਕਲਾਸ ਤੋਂ ਪੈ ਗਿਆ ਸੀ ਪਾਕਿਟ ਮਨੀ ਇਕੱਠੀ ਕਰਕੇ ਅਸੀਂ ਇੱਕ ਬੁੱਕ ਖਰੀਦੀ ਅਤੇ ਹਾਂਜੀ 4th-5th ਕਲਾਸ ਅਤੇ ਉਸ ਸਮੇਂ 40 ਕੁ ਇੱਥੇ ਰੋਜ਼ ਗਾਰਡਨ ਹੈਗਾ ਜੋੜੇ ਫਾਟੇ ਕੋਲ ਉਸ ਜਗ੍ਹਾ 'ਤੇ ਅਸੀਂ ਸਵੇਰੇ ਸਵੇਰੇ 4 ਵਜੇ ਆ ਕੇ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਸੀ ਉਹ ਬੁੱਕ ਤੋਂ ਦੇਖ ਕੇ ਅਤੇ ਦੂਸਰੀ ਪਾਰਕ ਦੇ ਵਿੱਚ ਹੀ ਇੱਕ ਸਰਦਾਰ ਨਿਰਮਲ ਸਿੰਘ ਜੀ ਜੋ ਕਿ ਲਖਨਊ ਤੋਂ ਆਏ ਸੀ ਉਹ ਐਕਸਪਰਟ ਕੋਚ ਸੀ ਇਹ ਨੇਪਾਲ ਤੋਂ ਵੀ ਇਹਨਾਂ ਨੇ ਟ੍ਰੇਨਿੰਗ ਲਈ ਸੀ ਰਾਮਸ਼ਾਲਾ ਸਟੇਡੀਅਮ ਤੋਂ ਅਤੇ ਉਹ ਸਾਨੂੰ ਵਾਚ ਕਰਦੇ ਸੀ ਵੀ ਇਹ ਗਲਤ ਪਤਾ ਨਹੀਂ ਕੀ ਕਰੀ ਜਾ ਰਹੇ ਕਿਤਾਬ ਦੇ ਤਕਰੀਬਨ 6-7 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਕੋਲ ਬੁਲਾਇਆ ਵੀ ਇਹ ਕੀ ਗੱਲ ਪ੍ਰੈਕਟਿਸ ਕਰਦੇ ਟੋਟਲੀ ਗਲਤ ਹੈਗਾ ਜੀ ਸਿੱਖਣੇ ਤਾਂ ਮੇਰੇ ਕੋਲ ਉਹਨਾਂ ਨੇ ਸਾਨੂੰ ਸਿਖਾਈ ਕਰਾ ਦੇ ਉਹਨਾਂ ਕੋਲ ਸਿੱਖੀ ਹਰ ਚੀਜ਼ ਐਡਵਾਂਸ ਟ੍ਰੇਨਿੰਗ ਸਭ ਕੁਛ ਲਈ ਤਕਰੀਬਨ 3-4 ਮਹੀਨਿਆਂ ਬਾਅਦ ਹੀ ਉੱਥੇ ਕਾਫੀ ਸਟੂਡੈਂਟ ਸੀ ਉਹਨਾਂ ਦੇ ਚਲੀ ਮਿਲਿਆ ਉਹ ਕਾਫੀ ਸਾਲਾਂ ਤੋਂ ਟ੍ਰੇਨਿੰਗ ਕਰ ਰਹੇ ਮੈਂ 3-4 ਮਹੀਨਿਆਂ 'ਤੇ ਟ੍ਰੇਨਿੰਗ ਕੀਤੀ ਅਤੇ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਵੀ ਵਰਿੰਦਰ ਸਿੰਘ ਆ ਕੇ ਕਲਾਸ ਸ਼ੁਰੂ 6 ਮਹੀਨੇ ਬਾਅਦ ਹੀ ਸਮੇਂ ਦੀ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਹੀ ਮੈਨੂੰ ਸਟੂਡੈਂਟ ਤੋਂ ਸਿੱਧਾ ਕੋਚ ਬਣਾਉਣ ਦਾ ਅੱਜ ਕਰਦੇ ਕਰਦੇ ਅੱਜ ਮੈਂ ਇੰਟਰਨੈਸ਼ਨਲ ਲੈਵਲ ਦਾ ਕੋਚ ਹਾਂ 50 ਗਰੀਬ ਜਾਪਾਨ ਤੋਂ ਬਲੈਕ ਬੈਲਟ ਹਾਂ ਮੈਂ ਇੰਡੀਆ 'ਚ ਤਕਰੀਬਨ 10,000 ਤੋਂ ਜ਼ਿਆਦਾ ਸਟੂਡੈਂਟ ਹਾਂ ਜੋ ਅਮੈਰੀਕਾ 'ਚ ਪੂਰੇ ਆਲ ਓਵਰ ਅਮੈਰੀਕਾ ਅਸੀਂ ਟ੍ਰੇਨਿੰਗ ਫਰੀ ਟ੍ਰੇਨਿੰਗ ਕੈਂਪ ਲਾਈ ਦੇ ਹੁਣ ਤੱਕ ਮੈਂ 1500-1600 ਬੱਚਿਆਂ ਨੂੰ ਟ੍ਰੇਨ ਕਰ ਚੁੱਕਾ ਟ੍ਰੇਨਿੰਗ ਮੈਨੂੰ ਲੱਗਦਾ ਯਾਤਰਾ ਤੁਹਾਡੀ ਨਾਲ ਨਾਲ ਚੱਲੀ ਬਚਪਨ ਤੋਂ ਲੈ ਕੇ ਟ੍ਰੇਨਿੰਗ ਪਹਿਲਾਂ ਆਪ ਲਈ ਫਿਰ ਉਹ ਟ੍ਰੇਨਿੰਗ ਦਿੰਦਿਆਂ ਦਿੰਦਿਆਂ ਤੁਸੀਂ ਨਾਲ ਸਿੱਖੀ ਦੀ ਭਾਵਨਾ ਜੋ ਚਾਨਣ ਫੈਲ ਰਹੇ ਆ
ਤੁਸੀਂ ਇਕੱਲੇ ਹੀ ਮੈਨੂੰ ਲੱਗਦਾ ਕਈ ਸੰਸਥਾਵਾਂ ਦਾ ਕੰਮ ਹੋ ਜਿਹੜੇ ਆ ਤੁਸੀਂ ਇਕੱਲੇ ਕਰਦੇ ਪਏ ਹੋ ਅਤੇ ਉਹ ਜਿਹੜੀ ਤੁਹਾਡੀ ਪ੍ਰੇਰਨਾ ਸਰੋਤ ਕਿੱਦਾਂ ਪਿਆ ਸੀ ਕਿਸੇ ਦੇ ਨਾਲ ਸੰਬੰਧ ਬਣਿਆ ਅਤੇ ਉਸ ਤੋਂ ਬਾਅਦ ਇਹ ਜਿਹੜੀ ਤੁਸੀਂ ਉਹਨਾਂ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ? ਬਸ ਪਹਿਲੇ ਦੱਸਿਆ ਵੀ ਥੋੜ੍ਹਾ ਜਿਹਾ ਇੱਕ ਤਾਂ ਜਿਹੜਾ ਬੰਦਾ ਨਿਸ਼ਕਾਮ ਕੋਈ ਕੰਮ ਕਰਦਾ ਜਿਹਨੂੰ ਕਿਸੇ ਤੋਂ ਕੋਈ ਲਾਲਸਾ ਨਹੀਂ ਹੁੰਦੀ ਉਹ ਹੀ ਇਹੋ ਜਿਹੀ ਪਿੰਚ ਕਰਨ ਵਾਲੀ ਗੱਲ ਕਹਿੰਦਾ ਕਰਦਾ ਜਿਹਨੂੰ ਹੋਏਗਾ ਮੈਂ ਇਸ ਬੈਂਕ ਤੋਂ ਪੈਸੇ ਲੈਣੇ ਫੀਸ ਲੈਣੀ ਉਹ ਕਿਸੇ ਨੂੰ ਕੋਈ ਗਲਤ ਕੰਮ ਕਰ ਰਿਹਾ ਉਹਨੂੰ ਸਮਝਾਏਗਾ। ਮੇਰਾ ਟਾਰਗੇਟ ਹੁੰਦਾ ਜੇ ਕੋਈ ਗਲਤ ਚੀਜ਼ ਕਿਸੇ ਸਟੂਡੈਂਟ ਵੇਚਦਾ ਉਹਨੂੰ ਮੈਂ ਸਿੱਧੀ ਸਟ੍ਰੇਟ ਫਾਰਵਰਡ ਕਹਿ ਦਿੰਦਾ ਇਹ ਕੰਮ ਗਲਤ ਆ ਜਾਂ ਤਾਂ ਇੱਧਰ ਹੋ ਜਾ ਜਾਂ ਉੱਧਰ ਹੋ ਜਾ ਜਾਂ ਬਿਲਕੁਲ ਸਿੱਖੀ ਛੱਡ ਦੇ ਨਹੀਂ ਤਾਂ ਆਪਣਾ ਨਾਮ ਬਦਲ ਨਹੀਂ ਤਾਂ ਪੂਰਾ ਪੱਕਾ ਸਿੱਖ ਬਣ। ਉਹ ਫਿਰ ਪੇਰੈਂਟਸ ਨਾਲ ਵੀ ਉਹਨਾਂ ਦੀ ਗੱਲਬਾਤ ਹੁੰਦੀ ਜ਼ਿਆਦਾਤਰ ਅਜੇ ਤੱਕ ਜਿਨ੍ਹਾਂ ਨੂੰ ਇਹ ਗੱਲਬਾਤ ਕੀਤੀ 99% ਉਹ ਵਾਪਸ ਆਏ ਅਜੇ ਤੱਕ ਇਹ ਸਫਲ ਬਿਲਕੁਲ ਦੇਖੋ ਸਾਧਨ ਜਿਹੜਾ ਤੁਹਾਡੇ ਕੋਲ ਕੀ ਹੈ ਜਸਵੰਤ ਦੀ ਗੱਲ ਮੈਨੂੰ ਯਾਦ ਆ ਗਿਆ ਕਿ ਜਸਵੰਤ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਕਹਿੰਦੇ ਪੰਜਾਬੀ ਜਦੋਂ ਸਿੰਘ ਘਰ ਪ੍ਰੋਗਰਾਮ ਕਰਦੇ ਸੀ ਨਾ ਮੈਨੂੰ ਗੱਲ ਯਾਦ ਆ ਗਈ ਸਰਦਾਰ ਪਰਮੋਚਨ ਸਿੰਘ ਜਿਹੜੇ ਮੈਨੂੰ ਸਾਰੇ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਉਹ ਮੇਰੇ ਨਾਲ ਬੈਠੇ ਸੀ ਅਤੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਕਿ ਆਪਾਂ ਦਸਵੰਧ ਦਾ ਕੋਨਸੈਪਟ ਜਿਹੜਾ ਲੈਂਦੇ ਹਾਂ ਸਿਰਫ ਪੈਸੇ ਦਾ ਦਸਵੰਧ ਨਾ ਹਾਂਜੀ ਸਿਰਫ ਪੈਸੇ ਦਾ ਹੀ ਤੁਸੀਂ ਆਪਣਾ ਸਾਰੇ ਕੋਈ ਹਰ ਚੀਜ਼ ਦਾ ਦਸਵੰਧ ਕੱਢ ਸਕਦੇ ਜੇ ਤੁਸੀਂ ਕਿਸੇ ਕੁਰਸੀ ਦੇ ਦਫ਼ਤਰ 'ਚ ਬੈਠੇ ਹੋ ਉੱਥੇ ਤੁਸੀਂ ਆਪਣੀ ਕਾਬਲੀਅਤ ਦਾ ਵੀ ਦਸਵੰਧ ਕੱਢੋ ਅਤੇ ਮੈਨੂੰ ਲੱਗਦਾ ਕਿ ਉਹ ਤੁਸੀਂ ਉਹ ਕੰਮ ਵੀ ਨਾਲ ਨਾਲ ਕਰਦੇ ਪਏ ਹੋ ਜੇ ਕਰਾਟੇ ਸਿਖਾ ਰਹੇ ਹੋ ਤਾਂ ਕਰਾਟੇ ਅਤੇ ਸਿਖਾਉਂਦਿਆਂ ਵੀ ਨਾਲ ਦਸਵੰਧ ਗੁਰੂ ਦੇ ਲੈ ਕੇ ਉਹਦੇ ਵਿੱਚੋਂ ਵੀ ਕੋਈ ਕਿਸੇ ਦੇ ਫਾਇਦੇ ਦੀ ਗੱਲ ਸਿੱਖੀ ਦੇ ਪ੍ਰਚਾਰ ਦੀ ਗੱਲ ਅੱਜ ਤੱਕ ਪਹੁੰਚੇ ਸੋ ਇੱਕ ਬੜਾ ਜ਼ਰੂਰੀ ਹੈ ਆਪਾਂ ਕਈ ਵਾਰ ਸਮਝਾਂ ਕਿ ਠੀਕ ਆ ਆਪਾਂ ਪੈਸੇ ਤੋਂ ਦਸਵੰਧ ਕੱਢ ਲਿਆ ਤੇ ਗੱਲ ਉੱਥੇ ਹੋ ਗਈ ਮੈਨੂੰ ਲੱਗਦਾ ਇਸ ਤੋਂ ਵੀ ਅੱਗੇ ਵਧਣਾ ਪਏ ਪਰ ਮੈਂ ਮੇਰੀ ਲਾਈਫ 'ਚ 50 ਸਾਲ ਦਾ ਮੈਂ ਹੋ ਚੁੱਕਿਆ ਅਜੇ ਤੱਕ ਮੈਂ ਦੇਖਿਆ ਵੀ ਕੋਈ ਵੀ ਸਿੱਖ ਪ੍ਰੋਪਰ ਤੌਰ 'ਤੇ ਦਸਵੰਧ ਨਹੀਂ ਕਰਦਾ ਜੇ ਅਸੀਂ ਕਹੀਏ ਵੀ ਸਾਡੀ ਗਰੋਥ ਇਨਕਮ 10,000 ਆ ਅਤੇ ਉਸ ਤੋਂ ਕਿਹੜਾ ਬੰਦਾ ਹੈਗਾ ਜਿਹੜਾ ਹਰ ਮਹੀਨੇ ਪ੍ਰੋਪਰ 1,000 ਕੱਢੇ ਇਸ ਕੰਮ 'ਚ ਬੰਦਾ ਨਹੀਂ ਲੱਗਦਾ ਕੋਈ ਨਹੀਂ ਲੱਗਦਾ ਬਹੁਤ ਘੱਟ ਸਾਨੂੰ ਕਰਨਾ ਚਾਹੀਦਾ ਵੱਧ ਤੋਂ ਵੱਧ ਕੰਮ ਬਿਲਕੁਲ ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਮੇਰੇ ਧਿਆਨ ਵਿੱਚ ਆਉਂਦੀ ਹੈ ਕਿ ਇਹ ਸਾਰਾ ਕੁਝ ਤੁਸੀਂ ਦਸਵੰਧ ਦੀ ਗੱਲ ਕੀਤੀ ਪਰ ਤੁਸੀਂ ਕਿਸੇ ਦੂਸਰੇ ਦਾ ਦਸਵੰਧ ਵੀ ਨਹੀਂ ਵਰਤਦੇ ਤੁਸੀਂ ਆਪਣੇ ਵੱਲੋਂ ਹੀ ਇਹ ਸਾਰੇ ਪ੍ਰੋਜੈਕਟ ਜਿਹੜੇ ਹੈਂਡਲ ਕਰਦੇ ਪਏ ਹੋ ਇਹ ਫਿਰ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਸਾਰਾ ਬੜਾ ਵੱਡਾ ਖਰਚਾ ਹੁੰਦਾ ਹੈ ਹਾਂਜੀ ਇਹ ਸਾਰੇ ਕੰਮਾਂ 'ਤੇ ਖਰਚਾ ਕਾਫੀ ਹੋਰ ਕਾਫੀ ਔਰਗਨਾਈਜੇਸ਼ਨਾਂ ਬਣਾਈਆਂ ਨੇ ਇਹਦਾ ਕਈ ਫੰਡ ਰੇਜ਼ਿੰਗ ਕਰਦੇ ਨੇ ਜਾਂ ਕਿਸੇ ਕੋਲੋਂ ਲੈਂਦੇ ਨੇ ਮੇਰਾ ਕੰਮ ਹੈਗਾ ਇੱਕ ਜਗ੍ਹਾ ਮੈਂ ਦੋ ਜੋਬ ਪਹਿਲੇ ਕਰਦਾ ਸੀ ਉੱਥੇ 3 ਜੋਬਾਂ ਸ਼ੁਰੂ ਕਰ ਦਿੱਤੀਆਂ ਜੋ ਜੋ ਕੰਮ ਵਧੀ ਗਏ ਸੰਸਥਾਵਾਂ ਵਧੀ ਗਈਆਂ ਜਾਂ ਅਤੇ ਜ਼ਿਆਦਾ ਸੀ ਇੱਕ ਜੋਬ ਦੇ ਪੈਸੇ ਨਾ ਕਰਦਾ ਵੀ ਚੱਲਦਾ ਸਾਰੇ ਪੈਸੇ ਸੰਸਥਾ ਦੇ ਅਧੀਨ ਸੀ ਅਮੈਰੀਕਾ ਅਤੇ ਇਹ ਜਿਹੜੀ ਹੈ ਨੈਸ਼ਨਲ ਲੈਵਲ 'ਤੇ ਜਦੋਂ ਸਾਰੇ ਕੰਮ ਕਰਦੇ
ਪਰ ਇੱਥੇ ਸੋਰਸਿਸ ਹੈ ਜਿਹੜੇ ਸਾਡੇ ਕੋਲ ਲੁਧਿਆਣਾ ਦੇ ਰਣਜੀਤ ਸਿੰਘ ਖਾਲਸਾ ਨੇ ਆਪਣੇ ਸਾਰਾਗੜੀ ਦੀ ਰਿਸਰਚ ਵਿੱਚ ਤਰਨਜੀਤ ਸਿੰਘ ਬੈਨੀਵਾਲ ਨੇ ਉਹਨਾਂ ਨੇ ਕਾਫੀ ਹੈਲਪ ਕੀਤੀ ਜਿਹੜੀ 2017 ਹੀ ਸਾਡੀ ਬੁੱਕ ਸੀ ਹਿੰਦੀ ਦੇ ਟਰਾਂਸਲੇਸ਼ਨ ਉਹ ਸੁਖੀਆ ਨੂੰ ਬੰਦੇ ਨੇ ਕੀਤੀ ਪੀ ਐੱਚ ਡੀ ਦੇ ਸਕੂਲ ਇਸ ਤਰ੍ਹਾਂ ਡੈਡੀਕੇਟਡ ਬੰਦੇ ਨਿਸ਼ਕਾਮ ਜਿਹੜੇ ਨੇ ਉਹ ਨਾਲ ਜੁੜ ਜਾਂਦੇ ਨੇ ਸੰਸਥਾ ਉਹ ਕਾਫੀ ਹੈਲਪ ਕਰਦੇ ਨੇ ਸੋ ਇਸ ਢੰਗ ਦੇ ਨਾਲ ਦੇਖੋ ਸੰਸਾਰ ਕਈ ਵਾਰੀ ਕਹਾਵਤ ਵੀ ਹੈ ਨਾ ਇਕੱਲੇ ਚੱਲੇ ਸੀ ਪਰ ਕਾਫਲਾ ਬਣ ਗਏ ਹੈਲਪ ਕਰਨ ਵਾਲੇ ਆਟੋਮੈਟਿਕਲੀ ਨਾਲ ਜੁੜਦੇ ਨੇ ਅਤੇ ਹੁਣ ਇਸ ਵਕਤ ਤੁਹਾਡੇ ਇੱਥੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਸਾਰਾਗੜੀ ਦਾ ਇਹਦਾ ਹਾਂਜੀ ਸਾਰਾਗੜੀ ਦਾ ਉੱਥੇ ਗੁਰਦੁਆਰਾ ਅਸੀਂ ਬਣਾਉਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਕੰਮ ਸੀ ਉਹਦਾ ਨੀਂਹ ਪੱਥਰ ਰੱਖਿਆ ਨਿਸ਼ਾਨ ਸਾਹਿਬ ਦਾ ਔਡਰ ਕਰ ਦਿੱਤਾ ਜਿਹੜਾ 1901 ਦੇ ਵਿੱਚ ਮੈਮੋਰੀਅਲ ਬਣਿਆ ਸੀ ਲੋਕਹਾਰਡ ਕਿਲੇ ਦੀ ਮੈਂ ਬੈਕ ਸਾਈਡ 'ਤੇ ਦੱਸਿਆ ਔਰ 4 ਪਲੇਟਾਂ ਲੱਗੀਆਂ ਸੀ ਜਿੱਦਾਂ ਇੱਥੇ ਗੁਰਦੁਆਰੇ ਲਿਖੀਆਂ ਇੰਗਲਿਸ਼ ਸਿੱਖਾਂ ਬਾਰੇ ਜਾਣਕਾਰੀ ਸੀ ਇੰਗਲਿਸ਼ ਹਿੰਦੀ ਪੰਜਾਬੀ ਉਰਦੂ ਹੁਣ ਉੱਥੇ ਸਿਰਫ ਇੰਗਲਿਸ਼ ਦਾ ਬੋਰਡ ਰਹਿ ਗਿਆ 3 ਪਲੇਟਾਂ ਕੋਈ ਉੱਟ ਕੇ ਲੈ ਗਿਆ ਉਹ ਇਸਲਾਮਾਬਾਦ ਔਡਰ ਕੀਤਾ ਉਹ ਅਗਲੇ ਹਫ਼ਤੇ ਤੱਕ ਬਣ ਕੇ ਆ ਜਾਂਦੀਆਂ ਅਤੇ ਅਸੀਂ ਨੈਕਸਟ ਵੀਕ ਉੱਥੇ ਇੰਸਟਾਲ ਕਰਦੇ ਹਾਂ ਦੇਖੋ ਸੰਸਥਾਵਾਂ ਮੋਟੀਵੇਸ਼ਨ ਲੈ ਕੇ ਚੱਲਿਆ ਹੋਏ ਤਾਂ ਕਿੱਥੇ ਤੱਕ ਗੱਲ ਜਾਂਦੀ ਹੈ ਰਹਿ ਰਹੇ ਨੇ ਨਿਊਯਾਰਕ ਦੇ ਵਿੱਚ ਪਰ ਕਿਹੜੇ ਕਿਹੜੇ ਮੁਲਕ ਦੇ ਵਿੱਚ ਕਿੱਥੇ ਕਿੱਥੇ ਜਾ ਕੇ ਅੱਜ ਤੱਕ ਮੈਂ ਕਦੀ ਗਿਆ ਨਹੀਂ ਪਾਕਿਸਤਾਨ ਅੱਛਾ ਜੋਗਾ ਸਿੰਘ ਦਾ ਵੀ ਇਤਿਹਾਸ ਉੱਥੋਂ ਇਕੱਠਾ ਕੀਤਾ ਫੋਨ 'ਤੇ ਸਾਰਾ ਜਿਹੜੀ ਇਹਦੀਆਂ ਫੋਟੋਗ੍ਰਾਫਸ ਗੁਰਦੁਆਰੇ ਦੀ ਜ਼ਮੀਨ ਸਾਰਾ ਕਦੇ ਫੋਨ 'ਤੇ ਕੀਤਾ ਅੱਜ ਤੱਕ ਕਦੀ ਉਹ ਧਰਤੀ ਨੂੰ ਪੈਰ ਨਹੀਂ ਰੱਖਿਆ ਅੱਛਾ ਜੀ ਫੋਨ 'ਤੇ ਹੀ ਫਰੈਂਡਸ ਬਣਾਏ ਉਹਨਾਂ ਨਾਲ ਲਿੰਕਸ ਕੀਤਾ ਉਹਨਾਂ ਨੂੰ ਆਪਣੀ ਦੱਸੀ ਕੀ ਕੰਮ ਕਰਨਾ ਚਾਹੁੰਦੇ ਸੀ ਉਹ ਐਗਰੀ ਹੋ ਗਏ ਸਾਰੇ ਕੰਮ ਵੀ ਫੋਨ 'ਤੇ ਚੱਲ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਸੋ ਮੈਂ ਸਮਝਦਾ ਕਿ ਅੱਜ ਵੀ ਇਸ ਮੁਲਾਕਾਤ ਦੇ ਵਿੱਚ ਕਾਫੀ ਕੁਝ ਵੱਖਰਾ ਸੁਣਨ ਨੂੰ ਮਿਲਦੇ ਆ ਵੱਖਰਾ ਦੇਖਣ ਨੂੰ ਮਿਲਦਾ ਕਿਉਂਕਿ ਗੱਲ ਫਿਰ ਉਹ ਨਿਸ਼ਕਾਮਤਾ ਦੀ ਆ ਜਾਂਦੀ ਹੈ ਕਿ ਅਸੀਂ ਜਦ ਜਿਹੜਾ ਲੀਡ ਕਰ ਰਿਹਾ ਜੇ ਉਹਦੇ ਮਨ ਦੀ ਭਾਵਨਾ ਜਿਹੜੀ ਵੱਡੀ ਹੋਏਗੀ ਤਕੜੀ ਹੋਏਗੀ ਫਿਰ ਬਾਕੀ ਵੀ ਕਾਫਲਾ ਕਿਉਂਕਿ ਹਰ ਕੋਈ ਚਾਹੁੰਦਾ ਕੁਛ ਨਾ ਕੁਛ ਕਦੇ ਕਮਿਊਨਿਟੀ ਦੇ ਵਾਸਤੇ ਮਨੁੱਖਤਾ ਦੇ ਵਾਸਤੇ ਅਤੇ ਹੁਣ ਤੁਹਾਡੇ ਆਉਂਦੇ ਸਾਲ ਦੇ ਵਿੱਚ ਕਿਉਂਕਿ 550 ਸਾਲਾਂ ਦੇ ਸਾਲ ਚੱਲਦੇ ਇਹਦੇ ਵਾਸਤੇ ਇਹਦੇ 'ਚ ਜਦੋਂ ਕਰਤਾਰਪੁਰ ਕੋਰੀਡੋਰ ਦੀ ਗੱਲ ਚੱਲੀ ਸੀ ਖੁੱਲ੍ਹਣ ਵਾਸਤੇ ਅਤੇ ਇੰਡੋ ਪਾਕ ਕਮਿਊਨਿਟੀ ਦੀ ਅਸੀਂ ਨਿਊਯਾਰਕ 'ਚ ਇੱਕ ਬੈਠਕ ਹੋਈ ਸੀ ਉਹਨਾਂ ਨੇ ਦੋਨੋਂ ਸਰਕਾਰਾਂ ਦਾ ਥੈਂਕਸ ਕਰਨ ਲਈ ਕੀਤਾ ਸੀ ਕਰਨਾ ਉਸ ਮੈਂ ਵੀ ਸ਼ਾਮਿਲ ਹੋਇਆ ਸੀ ਥੋੜ੍ਹੀ ਸਪੀਚ ਵੀ ਹੋਈ ਸੀ ਅਤੇ ਲਹਿੰਦੇ ਪੰਜਾਬ ਵਾਲਿਆਂ ਨੇ ਜਦੋਂ ਫੰਕਸ਼ਨ ਤੋਂ ਬਾਅਦ ਫਿਰ ਮੇਰੇ ਨਾਲ ਕੰਟੈਕਟ ਕੀਤਾ ਵੀ ਇਸ ਚੀਜ਼ ਨੂੰ ਇਸ ਸਾਂਝ ਨੂੰ ਅਸੀਂ ਅੱਗੇ ਵਧਾਉਂਦੇ ਬਾਕੀ ਹੋਰ ਵੀ ਕਾਫੀ ਰਿਚ ਲੀਡਰ ਸੀ ਉੱਥੇ ਸਿੱਖਾਂ ਵੱਲੋਂ ਪਰ ਉਹਨਾਂ ਨੇ ਵੇਖਿਆ ਡੈਡੀਕੇਟਡ ਬੰਦਾ ਇਹ ਵੀ ਨਜ਼ਰ ਆਇਆ ਅਤੇ ਉਹਨਾਂ ਨੇ ਅਸੀਂ ਦੋਨਾਂ ਸੰਸਥਾ ਬਣ ਕੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਨਾਲ ਇੱਕ ਸਾਂਝਾ ਪੰਜਾਬ ਨਵੀਂ ਸੰਸਥਾ ਬਣਾਈ ਹਾਂਜੀ ਸਾਂਝਾ ਪੰਜਾਬ ਇਸ ਦਾ ਨਾਮ ਰੱਖਿਆ ਲਹਿੰਦੇ ਚੜ੍ਹਦੇ ਨੂੰ ਮਿਲਾ ਕੇ 7 ਮੈਂਬਰ ਅਸੀਂ ਲਏ ਬੋਰਡ ਆਫ ਡਾਇਰੈਕਟਰ ਆਪਣੇ ਚੜ੍ਹਦੇ ਪੰਜਾਬ ਦੇ ਅਤੇ 7 ਲਹਿੰਦੇ ਪੰਜਾਬ ਦੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅਸੀਂ ਇੱਥੇ ਕੰਮ ਕਰਾਂਗੇ ਇਹ ਮਾਹੌਲ ਖਰਾਬ ਹੋਣ ਕਰਕੇ ਸਾਡਾ ਡੈਲੀਗੇਸ਼ਨ ਹੈ ਅਸੀਂ ਪੋਸਟਪੋਨ ਕੀਤਾ ਨਹੀਂ ਤਾਂ ਅਸੀਂ ਉੱਥੋਂ ਦੇ ਗਵਰਨਰ ਦਾ ਸਾਡੇ ਕੋਲ ਇਨਵੀਟੇਸ਼ਨ ਸੀ ਲਾਹੌਰ ਤੋਂ ਉਹਨਾਂ ਦੀ ਉਹਦੇ ਪਾਰਟਨਰ ਦੀ ਬੇਟੀ ਦੀ ਮੈਰਿਜ 'ਤੇ ਅਸੀਂ ਜਾਣਾ ਸੀ ਅਤੇ ਅੱਜ 5 ਤਰੀਕ PM ਨਾਲ ਸਾਡੀ ਮੁਲਾਕਾਤ ਹੋਣੀ ਸੀ ਪਰ ਮਾਹੌਲ ਖਰਾਬ ਹੋਣ ਕਰਕੇ ਉਹ ਮੈਂ ਪੋਸਟਪੋਨ ਕਰ ਦਿੱਤਾ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਉੱਥੇ ਜਾਵਾਂਗੇ ਅਤੇ ਸਾਰਾ ਜਿਹੜੀ ਓਰੀਜਨਲ ਜਗ੍ਹਾ 'ਤੇ ਵੀ ਵਿਜ਼ਿਟ ਕਰਨੀ ਹੈ ਅਤੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਅਸੀਂ ਇੱਥੇ ਅਮੈਰੀਕਾ ਇੰਡੀਆ ਅਤੇ ਗੁਆਂਢੀ ਮੁਲਕ 'ਚ ਅਸੀਂ ਇੱਦਾਂ ਪ੍ਰਚਾਰ ਕਰਾਂਗੇ ਅਤੇ ਭਾਈ ਮਰਦਾਨਾ ਜੀ ਦੀ 18ਵੀਂ ਜਨਰੇਸ਼ਨ ਨੂੰ ਲੈ ਕੇ ਇੱਕ ਸੰਸਥਾ ਬਣਾਈ ਹੈ ਜੋ ਕਿ ਹਰ ਸਾਲ ਅਸੀਂ 2 ਜਾਂ 3 ਕੀਰਤਨ ਦੁਆਰ ਕਰਵਾਵਾਂਗੇ ਇੱਕ ਨਨਕਾਣਾ ਸਾਹਿਬ ਹੋਏਗਾ ਪਿਓਰ ਰਾਗਾਂ ਦੇ ਆਧਾਰ 'ਤੇ 31 ਰਾਗਾਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਰਾਗੀ ਜੱਥਿਆਂ ਦੇ ਹੈੱਡ ਰਾਗੀ ਜੱਥੇ ਹੈਗੇ ਨੇ ਉਹਨਾਂ ਦਾ ਨਾਮ ਹੈ ਪ੍ਰੋਫੈਸਰ ਗੁਰਚਰਨ ਸਿੰਘ ਜੋ ਕਿ ਉੱਥੇ ਯੂਨੀਵਰਸਿਟੀ 'ਚ ਵੀ ਪੜ੍ਹਾਉਂਦੇ ਨੇ 19 ਰਾਗਾਂ 'ਚ ਮਾਹਿਰ ਹੈਗੇ ਉਹਨਾਂ ਨੂੰ ਸੰਸਥਾ ਦਾ ਜਨਰਲ ਸੈਕਟਰੀ ਬਣਾ ਕੇ ਅਸੀਂ ਇਸੇ ਸਾਲ ਅਸੀਂ ਉੱਥੇ ਵੱਡਾ ਕੀਰਤਨ ਦੁਆਰ ਕਰਵਾ ਰਹੇ ਹਾਂ ਜਿੱਥੇ ਵੀ ਹੁਣ ਕੰਮ ਚੱਲ ਰਿਹਾ ਅਤੇ ਉਹ 18 ਜਨਰੇਸ਼ਨਾਂ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਮੈਂ ਉੱਥੇ ਕਿਤਾਬ ਵੀ ਲਿਖਾਂਗਾ ਭਾਈ ਮਰਦਾਨਾ ਜੀ ਬਾਰੇ ਸਾਰੀ ਗੱਲ ਅਤੇ ਜਿਹੜੇ ਪ੍ਰੋਜੈਕਟ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਬਣਾ ਰਹੇ ਨੇ ਲਾਹੌਰ ਦਾ ਗਵਰਨਰ ਉਹ ਵੇਲੇ ਕੈਨੇਡਾ 'ਚ ਪਾਰਲੀਮੈਂਟ ਦੇ ਮੈਂਬਰ ਸੀ ਉਹਨਾਂ ਨੂੰ ਇੱਕ ਰਿਕੁਐਸਟ ਮੈਂ ਲਿਖਤੀ ਤੌਰ 'ਤੇ ਭੇਜਦੀ ਹਾਂ ਭਾਈ ਮਰਦਾਨਾ ਜੀ ਦੇ ਨਾਂ 'ਤੇ ਉੱਥੇ ਕੋਈ ਸੰਸਥਾ ਬਣਾਈ ਹੈ ਉਸ ਯੂਨੀਵਰਸਿਟੀ ਦੇ ਵਿੱਚ ਕੋਈ ਸ਼ੇਅਰ ਬਣਾਈ ਹੈ ਵੀ ਲਗਾਤਾਰ ਉੱਥੇ ਕੋਈ ਸੰਗੀਤ ਅਕੈਡਮੀ ਹੋਏ
ਪੰਜਾਬੀ ਕਲਾ ਨੂੰ ਅੱਗੇ ਆਉਣ ਵਾਲੀ ਜਨਰੇਸ਼ਨ 'ਚ ਪ੍ਰਫੁੱਲਿਤ ਕਰਨਾ ਸੀ। ਉੱਥੇ ਵੀ ਅਸੀਂ ਕੰਮ ਕਰ ਰਹੇ ਹਾਂ। ਇਹ ਜਿਹੜੀ ਭਾਈ ਮਰਦਾਨਾ ਜੀ ਦੀ ਪੀੜ੍ਹੀ ਜਿਹੜੀ ਤੁਹਾਡੇ ਨਾਲ ਲਗਾ ਰਹੀ ਆ, ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦੱਸ ਦੇ ਕਿ ਉਹ ਕਿੱਥੇ ਰਹਿੰਦੇ ਨੇ, ਕਰਦੇ ਜੀ। ਉਹ ਲਾਹੌਰ ਦੇ ਰਹਿਣ ਵਾਲੇ ਨੇ। ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਸਿੰਘ ਸਭਾ ਇੱਥੇ ਬਣ ਗਈ ਸੀ ਨਾ, ਉਹਨਾਂ ਨੇ ਬਣਨ ਤੋਂ ਬਾਅਦ ਇੱਥੇ ਪਹਿਲੇ 12 ਜੋੜੀਆਂ ਰਬਾਬੀ ਕੀਰਤਨ ਕਰਦੇ ਸੀ ਜੋ ਕਿ ਨੌਨ ਸਿੱਖ ਹੁੰਦੇ ਸੀ। ਇੱਥੇ ਵੀ ਬੰਗਲਾ ਸਾਹਿਬ ਵੀ ਹੋਰ ਗੁਰਦੁਆਰਿਆਂ 'ਚ, ਦਿੱਲੀ ਦੇ ਗੁਰਦੁਆਰਿਆਂ 'ਚ, ਕਿਉਂਕਿ ਇਹ ਕਲਾ ਉਹਨਾਂ ਦੇ ਤੱਕ ਸੀਮਤ ਸੀ। 1940 ਦੇ ਕਰੀਬ ਇੱਕ ਇਹਨਾਂ ਨੇ ਮਤਾ ਪਾਸ ਕੀਤਾ ਇਸ ਡੀ ਬੀ ਸੀ ਨੇ ਵੀ ਅੰਮ੍ਰਿਤਧਾਰੀ ਸਿੱਖ ਹੀ ਹਰਿਮੰਦਰ ਸਾਹਿਬ 'ਚ ਕੀਰਤਨ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਉਸ ਤੋਂ ਬਾਅਦ ਭਾਈ ਚਾਂਦ ਜੀ ਲਾਸਟ ਰਬਾਬੀ ਹੋਏ ਆ ਹਰਿਮੰਦਰ ਸਾਹਿਬ, ਉਸ ਤੋਂ ਬਾਅਦ ਇਹ ਕਲਾ ਬੰਦ ਹੋ ਗਈ ਸੀ। ਫਿਰ ਇਹਨਾਂ ਨੇ ਮਾਈਗ੍ਰੇਸ਼ਨ ਕਰ ਲਈ, ਕੋਈ ਪਾਕਿਸਤਾਨ ਚਲ ਗਏ, ਕੋਈ ਦੂਰ ਦੂਰ ਜਾ ਕੇ ਰਹਿਣ ਲੱਗ ਗਏ। ਅਤੇ ਉਹਨਾਂ ਦੇ ਪਰਿਵਾਰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਇੱਕ ਰਬਾਬੀ ਹੋਏ ਨੇ ਬਾਬਕ ਸਿੰਘ, ਅੰਮ੍ਰਿਤਸਰ ਦੀ ਜਿਹੜੀ ਪਹਿਲੀ ਲੜਾਈ ਹੋਈ ਸੀ ਉਸ ਲੜਾਈ ਦੇ ਵਿੱਚ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਜਿਹਨਾਂ ਦਾ ਆਨੰਦ ਕਰਾ ਰਹੀ ਸੀ, ਉਹਨਾਂ ਨੂੰ ਵੀ ਇੱਥੋਂ ਮੁਗਲਾਂ ਦੀ ਏਰੀਏ 'ਚੋਂ ਕੱਢ ਕੇ, ਜਦੋਂ ਕਿਉਂਕਿ ਉਹ ਪਿੱਛੇ ਰਹਿ ਗਏ ਸੀ ਬਾਕੀ ਸਾਰੇ ਅੱਗੇ ਗਏ, ਉਹ ਝਬਾਲ ਤੱਕ ਲੈ ਕੇ ਗਏ ਸੀ। ਉਹਨਾਂ ਦਾ ਪਰਿਵਾਰ ਅੱਜ ਮੈਂ ਲਾਹੌਰ 'ਚ ਲੱਭ ਗਿਆ। ਹਾਂਜੀ, ਉਹਨਾਂ ਕੋਲ ਇੱਕ ਪੁਰਾਤਨ ਪੇਂਟਿੰਗ ਵੀ ਹੈਗੀ ਉਸ ਸਮੇਂ ਦੀ, ਜਿਹੜੇ ਕਿ ਉਹ 1947 ਤੋਂ ਪਹਿਲੇ ਤੱਕ ਐਸ ਸੀ ਪੀ ਸੀ ਵੱਲੋਂ ਪੇਂਟਿੰਗ ਦਿਖਾ ਕੇ ਨਜ਼ਰਾਨਾ ਲੈਂਦੇ ਹੁੰਦੇ ਸੀ ਸਲਾਨਾ ਪੱਤਾ। ਉਹ ਪੇਂਟਿੰਗ ਅੱਜ ਵੀ ਉਹ ਪਰਿਵਾਰ ਤੋਂ ਮੌਜੂਦ। ਅਤੇ ਭਾਈ ਲਾਲ ਜੀ ਦੇ ਜਿਹੜੀ ਨਵੀਂ ਜਨਰੇਸ਼ਨ 18 ਕੋਲ ਚੱਲ ਰਹੀ ਹੈ, ਉਹ ਨਈਮ ਲਾਲ ਜੀ ਬਹੁਤ ਗਰੀਬੀ ਹਾਲਤ 'ਚ ਨੇ, ਲਾਹੌਰ 'ਚ ਰਹਿੰਦੇ ਨੇ ਸਾਰੇ। ਉਹਨਾਂ ਦੇ ਪਿੱਛੇ ਜੇ ਬਾਂਹ ਵੀ ਟੁੱਟ ਗਈ, ਫਿਰ ਮੈਂ ਆਪਣੀ ਜਿੰਨੀ ਕੁ ਹੋ ਸਕੀ ਮੇਰੇ ਵੱਲੋਂ ਮਦਦ ਕੀਤੀ ਉਹਨਾਂ ਨੇ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹਨਾਂ ਨੂੰ ਰੈਕੋਗਨਾਈਜ਼ ਵੀ ਕਰਾਂਗੇ ਅਤੇ ਮਦਦ ਕਰਾਂਗੇ। ਭਾਈ ਮਰਦਾਨਾ ਜੀ ਦੇ 3 ਬੱਚੇ ਹੋਏ ਸੀ, ਇੱਕ ਬੇਟੀ ਸੀ, ਉਹਨਾਂ ਦਾ ਇਤਿਹਾਸ ਨਹੀਂ ਮਿਲਦਾ। ਇੱਕ ਰਜਾਦਾ ਅਤੇ ਸਜਾਦਾ ਸੀ। ਰਜਾਦਾ ਜਿਹੜੇ ਸੀ ਉਹ ਲਾਹੌਰ 'ਚ ਹੀ ਰਹਿ ਗਏ, ਅਤੇ ਸਜਾਦਾ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਦੇ ਨਾਲ ਇੱਧਰ ਭੇਜ ਦਿੱਤਾ ਸੀ ਪ੍ਰਚਾਰ ਵਾਸਤੇ, ਕਿਉਂਕਿ ਉਹ ਕੀਰਤਨ ਕਰ ਰਹੇ ਸੀ। ਉਹਨਾਂ ਦੀ ਅਗੋਂ ਪੀੜ੍ਹੀ ਹੁਣ ਥੋੜ੍ਹੇ ਜਿਹੇ ਸੰਪਰਕ ਸਾਡੇ ਬਣੇ ਨੇ ਗੁਲਾਬ ਸਿੰਘ ਜੀ ਜਿਹੜੇ ਸੀ ਇੱਧਰ, ਉਹਨਾਂ ਦੀ ਅਗਲੀ ਪੀੜ੍ਹੀ ਚੱਲ ਰਹੀ ਹੈ, ਅਤੇ ਉਹ ਸਾਰਾ ਇਤਿਹਾਸ ਮੈਂ ਇਕੱਠਾ ਕਰਨਾ ਕਰ ਕੇ ਆਉਣ ਵਾਲੇ ਸਮੇਂ 'ਚ ਦੋਨੋਂ ਪਰਿਵਾਰਾਂ ਨੂੰ ਕਰਕੇ ਸਾਰੀ ਰਿਸਰਚ ਤੁਸੀਂ ਪਰਸਨਲ ਲੈਵਲ 'ਤੇ ਕਰਦੇ ਜਾਂ ਕਿਸੇ ਯੂਨੀਵਰਸਿਟੀ ਦੇ ਨਾਲ ਕੋਈ ਐਸੋਸੀਏਸ਼ਨ ਹੈ ਜਾਂ ਕੁਛ? ਨਹੀਂ ਜੀ, ਅੱਜ ਤੱਕ ਜਿੰਨਾ ਕੰਮ ਕੀਤਾ ਹੈ ਪਰਸਨਲ ਆਪਣੇ ਲੈਵਲ 'ਤੇ ਕੀਤਾ, ਯੂਨੀਵਰਸਿਟੀ ਕੋਈ ਫੈਲੋਸ਼ਿਪ ਜਾਂ ਕੋਈ ਨਹੀਂ ਹੈਗਾ। ਮੈਂ ਦੱਸਿਆ ਸਾਰਾ ਜਿਹੜੀ ਦੇ ਉੱਪਰ ਮੈਂ $25,000-$30,000 ਤੋਂ ਜ਼ਿਆਦਾ ਖਰਚ ਚੁੱਕਿਆ, ਅੱਗੇ ਵੀ ਖਰਚ ਕਰ ਰਹੇ ਹਾਂ, ਪਰ ਅੱਜ ਤੱਕ ਕਿਸੇ ਵੀ ਯੂਨੀਵਰਸਿਟੀ ਕਿਸੇ ਨੇ ਮੇਰਾ ਕਿਉਂ ਕੁਛ ਕੀਤਾ ਆਪਣੇ ਕੋਲ। ਅਤੇ ਤੁਸੀਂ ਸਾਰਾ ਗੜੀ ਦੇ ਸੰਬੰਧ ਵਿੱਚ ਦੋਸਤ ਵੀ ਦੇਖਦੇ ਪਏ ਹੋ ਉਹਦੇ ਸਮੇਂ ਦੇ ਵਿੱਚ, ਫਿਲਮ ਵੀ ਆ ਰਹੀ ਹੈ। ਹਾਂਜੀ, ਇਹਨਾਂ 3 ਡਾਇਰੈਕਟਰਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ, ਉਹਨਾਂ ਨੇ ਆਪਣੀ ਖੋਜ ਦਿੱਤੀ। ਮੈਂ ਸ਼ਰਤ ਇੱਕੋ ਰੱਖੀ ਸੀ ਵੀ ਫਿਲਮ ਵਧੀਆ ਬਣਾਓ, ਸਿੱਖੀ ਕਰੈਕਟਰ ਚੰਗਾ ਪੇਸ਼ ਕਰੋ, ਅਤੇ ਕੋਸ਼ਿਸ਼ ਕਰੋ ਇੰਨੀਆਂ ਦੇ ਵਿੱਚੋਂ ਜ਼ਿਆਦਾ ਸਿੱਖ ਹੋਣ, ਸਾਰੀ ਨਕਲੀਕਾਰੀ ਵਾਲੇ ਨਾ ਹੋ ਗਿਆ। ਬਾਕੀ ਮੈਂ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਇੱਕ ਰੁਪਈਆ ਨਹੀਂ ਲਿਆ ਉਹਨਾਂ ਨੂੰ ਫ੍ਰੀ ਆਫ ਕੋਸਟ, ਕੇਸਰੀ ਫਿਲਮ ਆ ਰਹੀ ਹੈ ਦੇਖੋ ਮੇਰੇ ਘਰ ਨਾਲ। ਸੋਚਣਾ
ਬੜਾ ਹੀ ਮੈਂ ਸਮਝਦਾ ਕਿ ਗੰਭੀਰ ਮੁੱਦਾ ਹੈ। ਸੋ ਬਿਲਕੁਲ ਇਹ ਵੀ ਮੈਂ ਸਮਝਦਾ ਕਿ ਇੱਕ ਬੜਾ ਗੰਭੀਰ ਮੁੱਦਾ ਹੈ ਜਿਹਦੇ ਵੱਲ ਇਹਨਾਂ ਸਾਡਾ ਧਿਆਨ ਦਵਾਇਆ, ਕਿਉਂਕਿ ਸਾਡਾ ਧਿਆਨ ਐਵੇਂ ਫਾਲਤੂ ਦੇ ਵਿਵਾਦਾਂ ਵੱਲ ਜ਼ਿਆਦਾ, ਜਿਹਨਾਂ ਦੀ ਕਿ ਸਾਨੂੰ ਬਹੁਤ ਹੀ ਨਸੈਸਿਟੀ ਨਹੀਂ, ਪਰ ਅਸੀਂ ਸਾਰੀ ਆਪਣੀ ਤਾਕਤ, ਪੈਸਾ, ਆਪਣੀ ਐਨਰਜੀ ਅਸੀਂ ਗਲਤ ਚੀਜ਼ਾਂ ਦੇ ਉੱਪਰ ਵੇਸਟ ਕਰ ਦਿੰਦੇ ਹਾਂ, ਸਹੀ ਪਾਸੇ ਵੱਲ ਜਾਂ ਜੇ ਅਸੀਂ 95 ਗੱਲਾਂ 'ਤੇ ਸਹਿਮਤ ਹਾਂ ਤਾਂ ਅਸੀਂ ਉਹ 95 ਗੱਲਾਂ ਦੀ ਪ੍ਰਚਾਰ ਨਹੀਂ ਕਰਨਾ, ਅਸੀਂ ਉਹ 5 ਗੱਲਾਂ ਲੱਭਣੀਆਂ ਨੇ ਅਤੇ ਆਪਣਾ 95% ਟਾਈਮ ਉਹਨਾਂ 5 ਦੇ ਉੱਤੇ ਵੇਸਟ ਕਰਨਾ, ਆਪਣੀ ਐਨਰਜੀ ਟਾਈਮ ਹਰ ਚੀਜ਼ ਉੱਧਰ ਅਸੀਂ ਵੇਸਟ ਕਰੇ ਜੋ ਵੀ ਗਲਤ, ਜਦਕਿ ਚੰਗਿਆਈ ਨੂੰ ਪ੍ਰਮੋਟ ਕਰਨਾ ਖਾਸ ਤੌਰ 'ਤੇ ਬਣਾ। ਦੇਖੋ ਨੈਗੇਟਿਵਿਟੀ ਤਾਂ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ, ਉਹਨਾਂ ਦੇ ਕੋਲ ਬਹੁਤ ਮਨ ਨੂੰ ਭਟਕਾਉਣ ਵਾਲੀਆਂ ਚੀਜ਼ਾਂ ਤਾਂ ਜਿੱਧਰ ਝਾਤ ਮਾਰੋਗੇ ਤੁਹਾਨੂੰ ਮਿਲ ਜਾਏਗੀ, ਮਨ ਨੂੰ ਹੋੜਨ ਵਾਲੀਆਂ ਜਿਹੜੀਆਂ ਗੱਲਾਂ ਨੇ, ਮਨ ਨੂੰ ਕਿਵੇਂ ਜੋੜਨਾ ਹੈ, ਉਹ ਸਿੱਖੀ ਸਪਿਰਿਟ ਜਿਵੇਂ ਆਪ ਜੀ ਨੇ ਉਹਨੇ ਗੱਲ ਕੀਤੀ, ਉੱਥੋਂ ਉਹਨਾਂ ਦੇ ਪੁਰਖਿਆਂ ਨੇ ਇੱਡੀ ਵੱਡੀ ਕੁਰਬਾਨੀ ਕੀਤੀ, ਇੱਡਾ ਵੱਡਾ ਜ਼ਜ਼ਬਾ ਦਿੱਤਾ ਕਿ ਅੱਜ ਕੌਮ ਫਖਰ ਦੇ ਨਾਲ ਉਹਨਾਂ ਨੂੰ ਇੱਕੀਆਂ ਨੂੰ ਯਾਦ ਕਰਦੀ ਹੈ, ਉਹਨਾਂ ਦੀਆਂ ਪੁਸ਼ਤਾਂ ਦੇ ਵਿੱਚ ਆ ਕੇ ਕਮਜ਼ੋਰੀ ਆ ਗਈ, ਅਤੇ ਫਿਰ ਇਹਦਾ ਮਤਲਬ ਇੱਕ ਬੜਾ ਸੈਂਸਿਟਿਵ ਨੁਕਤਾ, ਸਾਨੂੰ ਆਪਣੀ ਜੀਵਨ ਦੇ ਕੋਈ ਲਕਸ਼ ਕੋਈ ਟਾਰਗੇਟ ਬਣਾਉਣੇ ਚਾਹੀਦੇ ਨੇ ਸਾਰਿਆਂ ਨੂੰ। ਛੋਟੀ ਜਿਹੀ ਐਗਜ਼ਾਮਪਲ ਦਾ ਨਾਲ ਹੋ ਜਾਵੇ, 1978-79 ਦੇ ਕਰੀਬ ਮਾਤਾ ਪਿਤਾ ਜੀ ਡੈਡੀ ਨੂੰ ਪਹਿਲੀ ਵਾਰੀ ਹੇਮਕੁੰਟ ਸਾਹਿਬ ਗਏ, ਉੱਥੋਂ ਇੱਕ ਫੋਟੋ ਲੈ ਕੇ ਆਏ ਅਤੇ ਉਹ ਫੋਟੋ ਜਦੋਂ ਮੈਂ ਦੇਖੀ ਘਰ ਉਦੋਂ ਮੈਂ ਛੋਟਾ ਸੀ, ਉਹਨਾਂ ਨੂੰ ਪੁੱਛਿਆ ਜੀ ਇਹ ਗੁਰਦੁਆਰਾ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ, ਉਹਨਾਂ ਨੇ ਕਿਹਾ ਨਹੀਂ ਜੀ ਉੱਪਰ ਜਿਹੜੀ ਪਹਾੜੀ ਆ ਨਿਸ਼ਾਨ ਕਰਨਗਾ ਉੱਥੇ ਸੁਣਿਆ ਉੱਥੇ ਤੱਪ ਕੀਤਾ ਸੀ ਉਹ ਜਗ੍ਹਾ, ਮੈਂ ਕਿਹਾ ਤੁਸੀਂ ਉੱਥੇ ਕਿਉਂ ਨਹੀਂ ਗਏ, ਕਹਿੰਦੇ ਉੱਥੇ ਕੋਈ ਨਹੀਂ ਜਾਂਦਾ ਇੱਕ ਦੂਜੇ ਨਹੀਂ ਜਾਂਦੇ ਨੇ ਸੁਣੇ ਸ਼ਾਮ ਸਾਹਿਬ, ਉਸ ਉਮਰ 'ਚ ਮੈਂ ਕਹਿ ਤਾ ਸੀ ਮੈਂ ਜਿੱਦਣ ਗਿਆ ਮੈਂ ਉੱਪਰ ਜਾਊਂਗਾ, 90 ਤੋਂ ਲੈ ਕੇ 1990 ਤੋਂ ਲੈ ਕੇ 97 ਤੱਕ 7 ਚੁੱਕੀਆਂ ਨੇ ਨਿਸ਼ਾਨ ਸਾਹਿਬ ਦੀ ਸੇਵਾ ਮੈਂ ਕਰਦਾ, ਨੰਗੇ ਪੈਰ ਗਏ ਬਰਫਾਂ 'ਚ ਹੀ ਨੰਗੇ ਵਾਰੀ ਜਾਣਾ ਆਉਣਾ ਉਹ ਕੰਮ ਕਰਦਾ ਰਹਿੰਦੇ, ਮਤਲਬ ਇਹ ਹੈ ਵੀ ਜੇ ਜ਼ਿੰਦਗੀ ਉਧਾਰ ਲਿਆ ਕੰਮ ਕਰਨਾ ਤਾਂ ਕੁਦਰਤ ਆਪੇ ਰਸਤੇ ਖੋਲਦੀ, ਦ੍ਰਿੜ ਵਿਸ਼ਵਾਸ ਅਤੇ ਇੱਕ ਇੰਨੀ ਵੱਡੀ ਭਾਵਨਾ ਮੈਂ ਸਮਝਦਾ ਕਿ ਉੱਥੇ ਤਾਂ ਤੁਸੀਂ ਗੱਲ ਕੀਤੀ ਕਿ ਨੰਗੇ ਪੈਰੀਂ ਉੱਤੇ ਜਾਣਾ, ਉੱਥੇ ਦੇ ਤਾਂ ਜਿਹੜਾ ਉਹ ਜਲ ਦੇ ਵਿੱਚ ਇਸ਼ਨਾਨ ਕਰਦੇ ਉਹਦੇ ਵਿੱਚ ਇਸ਼ਨਾਨ ਕਰਨਾ ਮੁਸ਼ਕਲ ਹੁੰਦਾ, ਠੰਡਾ ਬਹੁਤ ਪਾਣੀ ਹੈ, ਪਰ ਉਹ ਵੀ ਕਈ ਬਾਕੀ ਹੈ ਆਪਣੇ ਨਾਲ ਪੀਤੇ ਨੇ, ਇੱਕ ਇਹੋ ਜਿਹਾ ਵੀ ਸਮਾਂ ਆ ਗਿਆ ਸੀ ਅਸੀਂ ਰਾਤ ਹੇਮਕੁੰਟ ਸਾਹਿਬ ਹੀ ਰਹਿੰਦੇ ਸੀ ਕਿਉਂਕਿ ਉੱਪਰ ਚੜ੍ਹਨਾ ਹੁੰਦਾ ਕਾਫੀ ਚੜ੍ਹਾਈ ਹੁੰਦੀ ਉੱਥੇ ਜਾ ਕੇ, ਅਤੇ ਆਪਣੇ ਨਾਲ ਜਿਹੜੇ ਜਿੱਥੇ ਦੇ ਮੈਂਬਰ ਸੀ ਉਹ ਸਾਰੇ ਕਹਿਣ ਲੱਗੇ ਸੀ ਸਿਰੇ ਤੜਕਾ 3 ਵਜੇ ਦਾ ਟਾਈਮ, ਅਤੇ ਅਸੀਂ ਅੰਦਰ ਹੀ ਇਸ਼ਨਾਨ ਕਰ ਲੈਂਦੇ ਗਰਮ ਪਾਣੀ ਦੇ ਨਾਲ ਜਿੱਥੇ ਬੀਬੀਆਂ ਦਾ ਪੋਣਾ ਲੱਗਦਾ, ਮੈਂ ਕਹਿੰਦਾ ਨਹੀਂ ਇਸ਼ਨਾਨ ਦੇ ਬਾਅਦ ਅਸੀਂ ਸੁਬਹ ਸੀ ਕਰਦੇ, ਕਹਿੰਦੇ ਨਹੀਂ ਉਹ ਸਾਰੀ ਬਹੁਮਤ ਉੱਧਰ ਚਲ ਗਿਆ ਮੈਂ ਇਕੱਲਾ ਬਾਹਰ ਨਿਕਲ ਗਿਆ, ਨਾਲ ਮੇਰਾ ਇੱਕ ਸਟੂਡੈਂਟ ਸੀ ਉਹ ਵੀ ਆ ਗਿਆ ਬਲਰਾਜ ਸਿੰਘ, ਇਹ ਕੁਦਰਤੀ ਹੁੰਦਾ ਸਭ ਕੁਛ, ਕੁਛ ਕੋਈ ਇਹੋ ਜਿਹੀ ਘਟਨਾ ਵਰਤੀ ਕਿ ਉਹ ਸਰੋਵਰ ਹੀ ਗਰਮ ਹੋ ਗਿਆ ਅਤੇ ਗਰਮ ਜਲ ਜੋ ਜੀ ਇਸ਼ਨਾਨ ਕਰਕੇ ਅੰਦਰ ਹੀ, ਜਿਨ੍ਹਾਂ ਨੇ ਗਰਮ ਜਲ ਜੀ ਤਾਂ ਉਹ ਠੰਡ ਰਹਿਣਾ ਕੰਮ ਕੰਮ ਦੇ ਰਹੇ, ਇਹ ਜਿਹੀਆਂ ਕਈ ਘਟਨਾਵਾਂ ਹੋ ਜਾਂਦੀਆਂ ਜੇ ਤੁਸੀਂ ਸਿੱਧੇ ਰਸਤੇ ਬਿਲਕੁਲ ਜੀ ਜਿਹੜੀ ਨਾਲ ਹੀ ਜੀ ਇੱਕ ਚੀਜ਼ ਹੋਰ ਮੈਂ ਜੋੜਨਾ, ਚਲੋ ਅੱਗੇ ਮੈਂ ਕਦੀ ਜ਼ਿਕਰ ਨਹੀਂ ਗੱਲਾਂ ਦਾ ਕੀਤਾ ਗਿਆ, ਨਿਊਯਾਰਕ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਨੇ ਨਵੰਬਰ 'ਚ, ਬਹੁਤ ਠੰਡ ਹੁੰਦੀ ਹੈ ਅਤੇ ਮੇਰੀ ਵੀ ਸੇਵਾ ਲੱਗਦੀ ਸੀ ਅੰਮ੍ਰਿਤ ਸੰਚਾਰ 'ਚ ਵੀ ਲੱਗਦੀ ਰਹੀ ਹੈ, ਪੰਜਾਬੀ ਆਰੀਅਨਸ ਵੀ ਮੈਂ ਉੱਥੇ ਸੇਵਾ ਕਰਦਾ ਰਿਹਾ, ਇੱਕ ਵਾਰੀ ਇੱਕ ਸਮਾਂ ਆਇਆ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸਾਹਿਬ ਹੈਗਾ, ਅਤੇ ਉੱਥੋਂ ਨਗਰ ਕੀਰਤਨ ਚੱਲਣ ਲੱਗਿਆ ਅਤੇ ਪ੍ਰਬੰਧਕਾਂ ਨੇ ਉਸ ਸਾਲ ਬਹੁਤ ਠੰਡ ਸੀ ਮਾਈਨਸ ਤੋਂ ਥੱਲੇ ਟੈਂਪਰੇਚਰ ਸੀ, ਅਤੇ ਉਹਨਾਂ ਨੇ ਪੰਜਾਬੀ ਆਰਿਆਂ ਦੇ ਵੀ ਚਿੱਟੇ ਬੂਟ ਦੀ ਜਰਾਬਾਂ ਲਾਈ, 5 ਨਿਸ਼ਾਨ 'ਚ ਹੀ 5 ਪਿਆਰੇ ਸੀ, ਬਾਕੀ ਦੇ ਸਹਿਮਤ ਹੋ ਗਏ, ਮੈਂ ਇਕੱਲਾ ਅੜ ਗਿਆ ਸੀ, ਮੈਂ ਕਿਹਾ ਨਹੀਂ 5 ਪਿਆਰੇ ਇਹ ਨਹੀਂ ਪਾ, ਅਤੇ ਪ੍ਰਬੰਧਕ ਕਮੇਟੀ ਨੇ ਜ਼ੋਰ ਪਾਇਆ ਅਤੇ ਗ੍ਰੰਥੀ ਸਿੰਘ ਵੀ ਦੋਸਤ ਸੀ ਮੇਰਾ ਉਹ ਵੀ ਹੈ, ਸਾਰੇ ਪ੍ਰੈਸ਼ਰ ਪਾ ਗਏ ਉਹ ਪਾ ਤੇ ਲਏ, ਜਦੋਂ ਅਸੀਂ ਥੱਲੇ ਉਤਰੀ ਪੌੜੀਆਂ ਅਤੇ ਸੰਗਤਾਂ ਦੇ ਚਿਹਰਿਆਂ ਤੋਂ ਮੈਂ ਫੇਸ ਰੀਡਿੰਗ ਜੋ ਦੇਖੀ ਅਤੇ ਉਹਨਾਂ ਨੇ ਮਨ 'ਚ ਇਹ ਆ ਰਿਹਾ ਸੀ ਵੀ 5 ਪਿਆਰਿਆਂ ਨੇ ਜਰਾਬਾਂ ਪਾ ਲਈਆਂ, ਉਹਦੇ ਬਾਅਦ 'ਚ ਪਾਉਣੇ ਸੀ, ਥੱਲੇ ਮੈਂ ਲਾਸਟ ਪੌੜੀ ਦੇ ਉਤਰਿਆ ਉਹਨੂੰ ਮੈਂ ਕਿਹਾ ਮੇਰੀਆਂ ਜਰਾਬਾਂ ਲਾ ਦੇ, ਮੇਰੇ ਵੱਲ ਦੇਖ ਕੇ ਸਾਰਿਆਂ ਨੂੰ ਲਾਉਣੀਆਂ ਪਈਆਂ, ਅਸੀਂ ਬਾਹਰ ਗਏ ਪ੍ਰਬੰਧਕ ਫੇਰ ਆਏ, ਮੈਂ ਕਿਹਾ ਜੋ ਗਿਆ ਨਹੀਂ ਦਿੱਤੇ, ਤਕਰੀਬਨ 3 ਮੀਲ ਦਾ ਪੈਂਡ ਆ ਉਹ ਅਸੀਂ ਸਾਰਾ ਤੈਅ ਕੀਤਾ ਅਤੇ ਸਾਰੀ ਸੜਕ ਗਰਮ ਸੀ, ਨਿਊਯਾਰਕ ਦੀ ਸੜਕਾਂ ਗਰਮ ਹੋ ਗਈਆਂ ਸੀ, ਇਹ ਗੱਲ ਹੁੰਦੀ ਸਿਰਫ ਦ੍ਰਿੜ ਵਿਸ਼ਵਾਸ ਦੀ, ਬਿਲਕੁਲ
ਵੀ ਵਰਤਾ ਦਿੰਦਾ ਕਿਸੇ ਦਾ ਐਸਾ ਭਰੋਸਾ ਹੋਏਗਾ ਤਾਂ ਮੈਨੂੰ ਲੱਗਦਾ ਕਿ ਸਭ ਕੁਝ ਪੌਣ ਪਾਣੀ ਅਗਨੀ ਸਭ ਕੁਝ ਉਹਦੇ ਭੈ ਦੇ ਵਿੱਚ ਹੀ ਐਸੀਆਂ ਗੱਲਾਂ ਐਸੀਆਂ ਬਾਤਾਂ ਵਰਤਦੀਆਂ ਨੇ ਕੋਈ ਇੰਨੀ ਦ੍ਰਿੜਤਾ ਦੇ ਨਾਲ ਇੰਨੇ ਵਿਸ਼ਵਾਸ ਦੇ ਨਾਲ ਇੰਨੇ ਪਿਆਰ ਦੇ ਨਾਲ ਰੱਬ ਦਾ ਕੰਮ ਕਰੇਗਾ ਤਾਂ ਫਿਰ ਰੱਬ ਨੂੰ ਵੀ ਖੁਸ਼ੀ ਹੁੰਦੀ ਗੋਬਿੰਦ ਨੂੰ ਵੀ ਖੁਸ਼ੀ ਹੁੰਦੀ ਹੈ ਅਤੇ ਇਹ ਬੱਚਾ ਮੇਰਾ ਹੈ ਇੰਨਾ ਹੋਣਹਾਰ ਹੈ ਇੰਨਾ ਅੱਛਾ ਕਰਦਾ ਪਿਆ ਅਤੇ ਮੈਂ ਵੀ ਕੁਝ ਇਹਦੀ ਹੈਲਪ ਕਰਾਂ ਸੋ ਇਹ ਮੈਂ ਸਮਝਦਾ ਕਿ ਬਿਨਾਂ ਮਾਲਕ ਦੀ ਰਹਿਮਤ ਦੇ ਉਹ ਵੀ ਪੂਰੀ ਰਹਿਮਤ ਖੁੱਲ੍ਹੀ ਰਹਿਮਤ ਦੇ ਕੇ ਸਾਰਾ ਕੁਝ ਨਹੀਂ ਹੋ ਸਕਦਾ ਇਹ ਐਸੇ ਪਾਸੇ ਸੋਚ ਹੀ ਨਹੀਂ ਜਾ ਸਕਦੀ ਕਿੰਨਾ ਕੁਝ ਹੋਰ ਹੈ ਇਸ ਦੁਨੀਆ ਦੇ ਵਿੱਚ ਅਤੇ ਇੱਕ ਸ਼ਖਸ ਜਿਹੜਾ ਉਹ ਇਸ ਧੁੰਮ ਦੇ ਵਿੱਚ ਅੱਗੇ ਵੱਧ ਰਿਹਾ ਲਗਾਤਾਰ ਵਧੀ ਜਾ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰਨ ਐਸੇ ਚਾਨਣ ਮੁਨਾਰੇ ਸਾਡੇ ਵਾਸਤੇ ਬਹੁਤ ਪੈਦਾ ਕਰਨ ਸਾਡੇ ਮਨਾਂ ਦੇ ਵਿੱਚ ਵੀ ਇਹ ਚਾਅ ਪੈਦਾ ਕਰਨ ਕਿ ਅਸੀਂ ਕੁਝ ਅੱਛਾ ਕਰ ਸਕੀਏ ਕੁਝ ਐਸਾ ਕਰ ਸਕੀਏ ਕਿ ਸਾਡੀ ਵੀ ਜੀਵਨ ਸਫਲ ਹੋ ਜਾਏ ਸਾਡੇ ਜੀਵਨ ਦੀ ਪ੍ਰਵਾਨਗੀ ਹੋ ਜਾਏ ਕਿਉਂਕਿ ਜਿਹੜੇ ਕੰਮ ਆਏ ਆ ਜੇ ਉਹ ਨਾ ਕਰਕੇ ਗਏ ਤਾਂ ਫਿਰ ਮਾਲਕ ਨੇ ਪੁੱਛਣਾ ਤਾਂ ਹੈ ਆਏ ਉਹ ਕਿਹੜੇ ਕੰਮ ਸਹੀ ਸੋ ਉਸ ਘੜੀ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰੀਏ ਆਪਣੇ ਮਨ ਨੂੰ ਤਿਆਰ ਕਰੀਏ ਅਤੇ ਐਸੀਆਂ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਦੇਖੋ ਭਗਤ ਪੂਰਨ ਸਿੰਘ ਜੀ ਦੀ ਪ੍ਰੇਰਨਾ ਦੇ ਨਾਲ ਅਤੇ ਸਰਦਾਰ ਗੁਰਿੰਦਰਪਾਲ ਸਿੰਘ ਜੋਸਨ ਜੋ ਸਾਡੇ ਨਾਲ ਅੱਜ ਬੈਠੇ ਹੋਏ ਨੇ ਭਾਵਨਾ ਜਿਹੜੀ ਇਹਨਾਂ ਨੂੰ ਗਲਤ ਕਰ ਦਿੱਤਾ ਬਰਬਾਦੀ ਉਸ ਨੂੰ ਲੈ ਕੇ ਚੱਲਦੇ ਪਏ ਨੇ ਸੋ ਬਹੁਤ ਖੁਸ਼ੀ ਹੋਈ ਹੈ ਅੱਜ ਜੀਵਨ ਦੇ ਵਿੱਚ ਹੋਰ ਰੰਗ ਮਿਲਿਆ ਤੁਹਾਡੇ ਨਾਲ ਮੁਲਾਕਾਤ ਕਰਕੇ ਵੈਸੇ ਤਾਂ 7-8 ਸਾਲ ਹੋ ਗਏ ਨੇ ਰੋਜ਼ਾਨਾ ਹੀ ਕੋਈ ਨਾ ਕੋਈ ਰੋਕਾ ਵੀ ਨਹੀਂ ਇੱਦਾਂ ਦੀ ਸਰਚੀਤਾਂ ਦੇ ਨਾਲ ਬੈਠਣ ਦਾ ਪਰ ਇੱਦਾਂ ਦੇ ਰੋਚਕ ਜਿਹੜੀਆਂ ਗੱਲਾਂ ਨੇ ਉਹ ਅੱਜ ਤੁਹਾਡੇ ਕੋਲ ਸਿੰਪਲ ਹੋਈ ਹੈ ਜੀ ਨੋਰਮਲ ਅਤੇ ਸਿੰਪਲ ਹੈ ਸਿੰਪਲ ਲਾਈਫ ਬਿਲਕੁਲ ਸੋ ਪੱਕਾ ਪਾਸੋਂ ਹੁਣ ਇੱਥੇ ਹੀ ਵਿਦਾ ਲੈਣੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਗੁਰੂ ਸਾਹਿਬ ਕਿਰਪਾ ਕਰਦੇ ਅਤੇ ਇਹ ਪੱਕੀ ਕਾਰ ਆਪ ਜੀ ਬਹੁਤ ਵਧੀਆ ਕਰਦੇ ਵਧੀਆ ਅਰਥ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਨ ਪੀਵੇ ਸੁਣ ਸ਼ਬਦ ਵਿਚਾਰ ਚਿਮ ਚਿਮ ਬਰਸੈ ਅੰਮ੍ਰਿਤ ਧਾਰਾ।